ਆਪਾਂ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਉੱਥੇ ਸਰਕਾਰ ਕਹਿ ਦਿੰਦੀ ਹੈ ਜੀ ਕਿ ਅਸੀਂ ਕੋਈ ਇੱਦਾਂ ਦਾ ਵਾਅਦਾ ਤਾਂ ਕੀਤਾ ਨਹੀਂ ਸੀ ਕਦੀ ਵੀ ਤੁਹਾਨੂੰ ਪੱਕੇ ਕਰਨਾ ਵੀ ਅਸੀਂ ਤਾਂ ਤੁਹਾਨੂੰ ਇੱਕ ਆਪਸ਼ਨ ਦਿੱਤੀ ਹੈ ਕਿ ਤੁਸੀਂ ਪੜ੍ਹਨ ਆਉਣਾ ਇੱਥੇ। ਦੇਖੋ ਪਹਿਲੀ ਗੱਲ ਤਾਂ ਇਹ ਇੰਟਰਨੈਸ਼ਨਲ ਸਟੂਡੈਂਟ ਦਾ ਜਿਹੜਾ ਫਨੋਮਨਾ ਕੋਈ ਨਵਾਂ ਨਹੀਂ ਹੈ, ਹਾਂਜੀ ਇਹ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਜੀ। ਸਾਡੇ ਪਹਿਲੀ ਵਾਰੀ ਜਦੋਂ ਹਿੰਦੁਸਤਾਨ 'ਚੋਂ ਸਟੂਡੈਂਟ ਆਉਣ ਲੱਗੇ ਨੇ 60 ਦੇ ਵਿੱਚ ਆਏ ਨੇ, ਹੁਣ ਸਟੂਡੈਂਟ ਜਿਹੜਿਆਂ ਦਾ ਵਾਅਦਾ ਕੀਤਾ ਜੀ ਉਹ ਗੌਰਮੈਂਟ ਨੂੰ $22 billion ਇੱਕ ਸਾਲ ਦਾ ਗਿਲਸਾ ਪਾਉਂਦਾ, $22 billion। ਇਮੈਜਿਨ ਕਿ ਜਿਹੜੇ ਛੋਟੇ ਅਫਰੀਕਨ ਮੁਲਕ ਨੇ ਇੰਨੀ ਤਾਂ ਉਹਨਾਂ ਦੀ ਸਾਲ ਦੀ ਇਕਾਨਮੀ ਨਹੀਂ, ਬਜਟ ਨਹੀਂ ਆ $22 billion, ਕਿਉਂਕਿ ਸਾਡਾ ਬੱਚਾ ਜੇ ਇੱਥੇ ਐਜੂਕੇਸ਼ਨ ਦੇ ਸਮੈਸਟਰ ਦਾ $5,000 ਦਿੰਦਾ ਅਤੇ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਦਾ ਉਹਨੂੰ 2.5-3 ਗੁਣਾ ਦੇਣਾ ਪੈਂਦਾ ਜੀ, $10,000-$12,000 ਦੇਣਾ ਪੈਂਦਾ ਹੈਗਾ। ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਗਲੇ ਸਾਲ ਅਸੀਂ 4.5 ਲੱਖ ਸਟੂਡੈਂਟ ਹੋਰ ਮੰਗਾਉਣਾ ਆ, ਔਰ ਜਿਹੜੇ ਇਹ ਆ ਜਿਹੜੇ ਲਾਈਨ 'ਚ ਆਲਰੇਡੀ ਪਾਈਪਲਾਈਨ 'ਚ ਪਏ ਆ ਜਿਹਨਾਂ ਨੂੰ 3-4 ਸਾਲ ਹੋ ਗਏ ਆ, ਜਿਹੜੇ ਸੀਜ਼ਨਡ ਹੋ ਗਏ ਇਸ ਮੁਲਕ ਦੇ ਵਿੱਚ, ਕਾਇਦੇ ਕਾਨੂੰਨਾਂ ਨੂੰ ਸਮਝ ਗਏ ਆ, ਇਹਨਾਂ ਨੂੰ ਤੁਸੀਂ ਪੱਕੇ ਕਿਉਂ ਨਹੀਂ ਕਰਦੇ? ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸਾਡੀ ਕਮਿਊਨਿਟੀ 'ਚੋਂ ਜਾਂ ਹੋਰ ਮੀਡੀਆ 'ਚੋਂ ਇਹ ਆਉਂਦੀਆਂ ਨੇ ਕਿ ਸਟੂਡੈਂਟਸ ਇੱਥੇ, ਮੈਂ ਹਮੇਸ਼ਾ ਆਪਣੀ ਕਮਿਊਨਿਟੀ ਨੂੰ ਕਹਿੰਦਾ ਹਾਂ ਇਹ ਗੱਲਾਂ ਹੈ ਨੇ, ਪਹਿਲਾਂ ਵੀ ਹੁੰਦੀਆਂ ਸੀ ਜਦੋਂ ਅਸੀਂ ਆਏ ਸੀ, ਉਦੋਂ ਵੀ 2% ਹੁੰਦੇ ਸੀਗੇ, ਇਹ ਇਲਤੀ ਕੋਈ ਸ਼ਰਾਰਤੀ ਲੋਕ ਹੁੰਦੇ ਨੇ, ਅਤੇ ਲੈਟ ਦਾ ਸਿਸਟਮ ਡੀਲ ਵਿਦ ਦੈਮ। ਜਸਟ ਇਮੈਜਿਨ ਕਿ ਜੇ ਤੁਹਾਡਾ 500,000 ਸਟੂਡੈਂਟ ਪੰਜਾਬ ਦੇ ਵਿੱਚ ਵਾਪਸ ਚਲਾ ਗਿਆ, ਜਿਹੜੇ ਯੰਗਸਟਰ ਨੇ ਉਹ ਸਿਸਟਮ ਦੇ ਵਿੱਚ ਜਾ ਕੇ ਉਹ ਕਿਵੇਂ ਫਿਰ ਉੱਥੇ ਤਬਾਹੀ ਮਰ ਜਾਏਗੀ ਜੀ? ਫਿਰ ਉਹਨਾਂ ਕਹਿਣਾ ਸਾਡੇ ਕੋਲ ਤਾਂ ਬਚਿਆ ਕੁਛ ਨਹੀਂ। 110 ਵਰੇ ਪਹਿਲਾਂ ਜਦੋਂ ਕਾਮਾਗਾਟਾ ਮਾਰੂ ਜਹਾਜ਼ ਆਇਆ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ, ਉਦੋਂ ਸਾਡੀ ਕਮਿਊਨਿਟੀ ਨੇ ਬਹੁਤ, ਉੱਥੇ ਡਿਫੈਂਸ ਕਮੇਟੀਜ਼ ਵੀ ਬਣੀਆਂ, ਅਸੀਂ ਫੰਡ ਰੇਜ਼ ਵੀ ਕੀਤੇ, ਵਕੀਲ ਵੀ ਹਾਇਰ ਕੀਤੇ, ਪਰ ਹਿੰਦੁਸਤਾਨ ਗੁਲਾਮ ਸੀ ਉਦੋਂ, ਉਹਨਾਂ ਨੂੰ 2-3 ਮਹੀਨੇ ਪਾਣੀ 'ਚ ਰੱਖ ਕੇ ਮੋੜ ਦਿੱਤਾ ਗਿਆ, ਉਹਨਾਂ ਤੋਂ ਕੰਡੇ ਵੀ ਨਹੀਂ ਲੱਗਣ ਦਿੱਤਾ, ਔਰ ਉਹ ਉਹਨਾਂ ਦੀ ਕੋਈ ਵਾਇਲੇਸ਼ਨ ਵੀ ਨਹੀਂ ਸੀ। ਇਹਨੇ ਨਵਾਂ ਕਾਨੂੰਨ ਬਣਾਇਆ ਸੀ ਕਿ ਜਹਾਜ਼ ਸਿੱਧਾ ਜੇ ਇੰਡੀਆ ਤੋਂ ਆਵੇ ਅਤੇ ਉਹ ਐਂਟਰ ਹੋ ਸਕਦੇ ਨੇ, ਅਤੇ ਬਾਬਾ ਗੁਰਦੇਵ ਸਿੰਘ ਨੇ ਉਹ ਲੀਜ਼ 'ਤੇ ਕਰਕੇ ਮਾਰੂ ਕੰਪਨੀ ਤੋਂ ਜਹਾਜ਼ ਲੈ ਕੇ ਆਉਂਦਾ ਸਿੱਧਾ ਕਲਕੱਤੇ ਤੋਂ। ਹੁਣ ਆਪਾਂ ਪ੍ਰੋਟੈਸਟਾਂ ਦੇ ਵਿੱਚ ਪਏ ਹਾਂ, ਪ੍ਰੋਟੈਸਟ ਇਹ ਕਿਸੇ ਲਾਅ ਦੇ ਵਿੱਚ ਨਹੀਂ ਲਿਖਿਆ ਹੋਇਆ ਜੇ ਕੱਲ ਨੂੰ ਉੱਠ ਕੇ ਹੋਰ ਰਿਫਿਊਜੀ ਪ੍ਰੋਟੈਸਟ ਕਰਨ ਲੱਗ ਪੈਣਗੇ ਕਿ ਸਾਨੂੰ PR ਦਿਓ, ਅਸੀਂ ਨਹੀਂ ਵਾਪਸ ਜਾਣਾ, ਅਸੀਂ ਸਾਰਾ ਕੁਝ ਵੇਚ ਵੱਟ ਗਏ ਆ, ਸਾਡਾ ਪਿੱਛੇ ਕੁਝ ਹੈ ਨਹੀਂ ਗਾ, ਹੈ ਨਾ? ਦੇਖੋ ਦੇਖੀ ਇਹਦਾ ਸਿਸਟਮ ਚੱਲ ਪਏਗਾ ਇਹ। ਨਹੀਂ ਜਿਹੜਾ ਪ੍ਰੋਟੈਸਟ ਆ ਵੀਰ ਜੀ, ਆਪਾਂ ਨੂੰ ਇਹ ਕੰਟਰੀ ਅਲਾਓ ਕਰਦਾ ਜੀ, ਪੀਸਫੁਲ ਪ੍ਰੋਟੈਸਟ ਆਪਾਂ ਕਰ ਸਕਦੇ ਹਾਂ ਜੇ ਕਿਸੇ ਨੂੰ ਆਪਾਂ ਉੱਥੇ ਤਕਲੀਫ ਨਹੀਂ ਹੈ, ਕੋਈ ਟ੍ਰੈਫਿਕ ਬਲੋਕ ਨਹੀਂ ਕਰਦੇ, ਕਿਸੇ ਨੂੰ ਗਾਲ ਨਹੀਂ ਕੱਢਦੇ, ਕੋਈ ਇੱਦਾਂ ਦਾ ਨਹੀਂ। ਪ੍ਰੋਟੈਸਟ ਕਰਨਾ ਤਾਂ ਤੁਹਾਨੂੰ ਰਾਈਟ, ਆਪਾਂ ਇਹ ਨਾ ਕਹੀਏ ਕੱਲ੍ਹ ਨੂੰ ਜੇ ਸਾਨੂੰ ਵੀ ਲੋੜ ਪੈਂਦੀ ਆ, ਤੁਹਾਨੂੰ ਜਾਂ ਮੈਨੂੰ ਵੀ ਲੋੜ ਪਈ ਹੈ, ਤਾਂ ਫਿਰ ਆਪਾਂ ਕਹੀਏ ਅਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ। ਇਹਨਾਂ ਕੋਲ ਘੱਟੋ ਘੱਟ ਹਾਂ ਦਾ ਨਾਰਾ ਮਾਰਨ ਦਾ, ਪ੍ਰੋਟੈਸਟ ਕਰਨ ਦਾ ਤਾਂ ਹੱਕ ਹੈ ਜੀ, ਹੋਣਾ ਵੀ ਚਾਹੀਦਾ, ਆਪਾਂ ਉਹ ਨਾ ਬੰਦ ਕਰਵਾਈਏ। ਆਪਾਂ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਉੱਥੇ ਸਰਕਾਰ ਕਹਿ ਦਿੰਦੀ ਹੈ ਜੀ ਕਿ ਅਸੀਂ ਕੋਈ ਇੱਦਾਂ ਦਾ ਵਾਅਦਾ ਤਾਂ ਕੀਤਾ ਨਹੀਂ ਸੀ ਕਦੀ ਵੀ ਤੁਹਾਨੂੰ ਪੱਕੇ ਕਰਨਾ, ਵੀ ਅਸੀਂ ਤਾਂ ਤੁਹਾਨੂੰ ਇੱਕ ਆਪਸ਼ਨ ਦਿੱਤੀ ਹੈ ਕਿ ਤੁਸੀਂ ਪੜ੍ਹਨ ਆਉਣਾ ਇੱਥੇ। ਆਈ ਨੋ ਕਿ ਜਿਵੇਂ ਤੁਸੀਂ ਗੱਲ ਕਰਦੇ ਹਾਂ ਵੀ ਉਹ ਇੱਕ ਬਾਏ ਡਿਫੋਲਟ ਤਾਂ ਸਾਡੇ ਸਾਰਿਆਂ ਦੇ ਮਨਾਂ 'ਚ ਇਹੀ ਹੈ, ਸਰਕਾਰ ਨੂੰ ਵੀ ਲੋੜ ਤਾਂ ਹੈ ਕਿ ਉਹ ਪੜ੍ਹੇ ਲਿਖੇ ਜਿਹੜੇ ਬੱਚੇ ਬੱਚੀਆਂ ਇੱਥੇ ਆਉਂਦੇ ਆ ਉਹਨਾਂ ਨੂੰ ਫਿਰ ਰਸਤੇ ਦੇਣ ਕਿ ਉਹ ਪੱਕੇ ਹੋ ਸਕਣ ਅਤੇ ਕੈਨੇਡਾ ਦੇ ਵਿੱਚ ਹੀ ਸਰਵ ਕਰਨ। ਇੰਟੈਂਟ ਤਾਂ ਗੌਰਮੈਂਟ ਦਾ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਬੈਕਐਂਡ 'ਤੇ ਹੀ ਹੋਵੇ, ਪਰ ਜਦੋਂ ਉਹ ਇਸ ਗੱਲ ਨੂੰ ਹੁਣ ਜਿਹੜੀ ਨਵੀਂ ਅਨਾਊਂਸਮੈਂਟ ਹੋਈ ਹੈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜੇ ਕੋਈ ਪੱਕਾ ਨਹੀਂ ਵੀ ਹੋ ਰਿਹਾ, ਜੇ ਕੋਈ ਸਟੱਡੀ ਪਰਮਿਟ ਤੋਂ ਬਾਅਦ ਅਸੀਂ ਕੋਈ ਸ਼ੋਰਟੀ ਨਹੀਂ ਦੇ ਸਕਦੇ ਕਿ ਤੁਹਾਨੂੰ PR ਦੇਣੀ, ਸਾਡਾ ਕੋਈ ਪ੍ਰੋਮਿਸ ਸੀਗਾ, ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਦੇਖੋ ਪਹਿਲੀ ਗੱਲ ਤਾਂ ਇਹ ਇੰਟਰਨੈਸ਼ਨਲ ਸਟੂਡੈਂਟ ਦਾ ਜਿਹੜਾ ਫਨੋਮਨਾ ਕੋਈ ਨਵਾਂ ਨਹੀਂ ਹੈ, ਹਾਂਜੀ ਇਹ ਬਹੁਤ ਦੇਰ ਤੋਂ ਚੱਲਦਾ ਆ ਰਿਹਾ ਜੀ। ਸਾਡੇ
ਪਹਿਲੀ ਵਾਰੀ ਜਦੋਂ ਹਿੰਦੁਸਤਾਨ 'ਚੋਂ ਸਟੂਡੈਂਟ ਆਉਣ ਲੱਗੇ ਨੇ 60 ਦੇ ਵਿੱਚ ਆਏ ਦੀ, ਇਹ 63, 64, 65 'ਚ ਇਹਨਾਂ ਨੂੰ ਟੀਚਰ ਦੀ ਲੋੜ ਸੀ। ਪੰਜਾਬ 'ਚੋਂ ਬਹੁਤ ਸਾਰੇ ਟੀਚਰ ਆਏ ਸੀ, ਉਹਨਾਂ 'ਚੋਂ ਸਾਇੰਸ ਟੀਚਰ ਸੀ, ਅੰਗਰੇਜ਼ੀ ਦੇ ਸੀਗੇ ਅਤੇ ਮੈਥ ਦੇ ਸੀ। ਉਹ ਸਾਰੇ ਕੈਨੇਡਾ 'ਚ ਹੀ ਤੁਹਾਨੂੰ ਮਿਲ ਜਾਣਗੇ ਜੀ, ਪੁਰਾਣੇ ਬੰਦੇ ਨਿਊਫਲੈਂਡ, ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਤੋਂ ਲੈ ਕੇ, ਅਤੇ ਕਵਕ 'ਚ ਘੱਟ ਹੈ ਕਿਉਂਕਿ ਫਰੈਂਸੀ, ਬਾਕੀ ਅੰਟਾਰੀਓ ਅਤੇ ਇੱਧਰ ਸਾਰੇ ਜਾ ਕੇ ਵੈਸਟਵਾਲ ਮਿਲ ਜਾਣਗੇ ਜੀ। ਉਸ ਤੋਂ ਬਾਅਦ ਫਿਰ ਜਿਹੜੀ ਮੇਰੀ ਜਨਰੇਸ਼ਨ ਸੀ ਉਹ 70s ਦੇ ਵਿੱਚ ਆਈ, ਮਿਡ 70s, ਫਿਰ 80s ਦੇ ਵਿੱਚ ਕੋਈ ਰਿਫਿਊਜੀਆਂ ਦਾ ਇੱਥੇ ਆਉਣਾ ਬਣਿਆ, ਫਿਰ ਫੈਮਿਲੀ ਕਲਾਸ 'ਚ। ਹੁਣ ਸਟੂਡੈਂਟ ਜਿਹੜਿਆਂ ਦਾ ਵਾਅਦਾ ਕੀਤਾ ਜੀ, ਉਹ ਗੌਰਮੈਂਟ ਨੂੰ $22 billion ਇੱਕ ਸਾਲ ਦਾ ਗਿੱਲ ਸਾਹਿਬ ਆਉਂਦਾ, $22 billion। ਜਸਟ ਇਮੈਜਿਨ ਕਿ ਜਿਹੜੇ ਛੋਟੇ ਅਫਰੀਕਨ ਮੁਲਕ ਨੇ, ਇੰਨੀ ਤਾਂ ਉਹਨਾਂ ਦੀ ਸਾਲ ਦੀ ਇਕਾਨਮੀ ਨਹੀਂ, ਬਜਟ ਨਹੀਂ ਆ $22 billion, ਕਿਉਂਕਿ ਸਾਡਾ ਬੱਚਾ ਜੇ ਇੱਥੇ ਐਜੂਕੇਸ਼ਨ ਦੇ ਸਮੈਸਟਰ ਦਾ $5,000 ਦਿੰਦਾ ਅਤੇ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਦਾ ਉਹਨੂੰ 2.5-3 ਗੁਣਾ ਦੇਣਾ ਪੈਂਦਾ ਜੀ, $10,000-$12,000 ਦੇਣਾ ਪੈਂਦਾ ਹੈਗਾ। ਉਹ ਪ੍ਰੋਗਰਾਮ ਦਾ ਹਿੱਸਾ ਹੀ ਉਹਨਾਂ ਨੇ ਇਸ ਤਰ੍ਹਾਂ ਉੱਥੇ ਜਾ ਕੇ ਉਹਨੂੰ ਪ੍ਰਮੋਟ ਕੀਤਾ ਗਿਆ ਏਜੰਟਸ ਦੇ ਥਰੂ ਕਿ 2 ਸਾਲ ਤੁਹਾਡੀ ਪੜ੍ਹਾਈ ਆ, ਫਿਰ ਤੁਹਾਨੂੰ ਵਰਕ ਪਰਮਿਟ ਮਿਲ ਜਾਏਗਾ, ਫਿਰ ਤੁਸੀਂ PNP ਜਿਹੜੀ ਉਹਦੇ ਵਿੱਚ ਲੱਗ ਜਾਓਗੇ ਲਾਈਨ ਦੇ ਵਿੱਚ, ਤੁਹਾਨੂੰ ਇਮੀਗ੍ਰੇਸ਼ਨ ਹੋ ਜਾਏਗੀ। ਹੁਣ ਉਹ ਜਿਹੜਾ ਪਹਿਲਾ ਸਟੈਪ ਤੋਂ ਬਾਅਦ ਜਿਹੜਾ ਵਰਕ ਪਰਮਿਟ ਜਿਹਨਾਂ ਨੂੰ ਮਿਲੇ ਆ, ਉਹਨਾਂ ਨੂੰ ਵੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਤੁਹਾਨੂੰ ਰਿਨਿਊ ਨਹੀਂ ਕਰਾਂਗੇ। ਹਾਂਜੀ। ਦੂਜੇ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਅਗਲੇ ਸਾਲ ਅਸੀਂ 4.5 ਲੱਖ ਸਟੂਡੈਂਟ ਹੋਰ ਮੰਗਾਉਣਾ ਆ, 4.5 ਲੱਖ ਸਟੂਡੈਂਟ ਹੋਰ ਮੰਗਾਉਣਾ ਆ। ਔਰ ਜਿਹੜੇ ਇਹ ਆ ਜਿਹੜੇ ਲਾਈਨ 'ਚ ਆਲਰੇਡੀ ਪਾਈਪਲਾਈਨ 'ਚ ਪਏ, ਜਿਹਨਾਂ ਨੂੰ 3-4 ਸਾਲ ਹੋ ਗਏ ਆ, ਜਿਹੜੇ ਸੀਜ਼ਨਡ ਹੋ ਗਏ ਇਸ ਮੁਲਕ ਦੇ ਵਿੱਚ, ਕਾਇਦੇ ਕਾਨੂੰਨਾਂ ਨੂੰ ਸਮਝ ਗਏ ਆ, ਇਹਨਾਂ ਨੂੰ ਤੁਸੀਂ ਪੱਕੇ ਕਿਉਂ ਨਹੀਂ ਕਰਦੇ? ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸਾਡੀ ਕਮਿਊਨਿਟੀ 'ਚੋਂ ਜਾਂ ਹੋਰ ਮੀਡੀਆ 'ਚੋਂ ਇਹ ਆਉਂਦੀਆਂ ਨੇ ਕਿ ਸਟੂਡੈਂਟਸ ਇੱਥੇ ਇਹਨਾਂ ਨੇ ਬਹੁਤ ਖਰਾਬੀ ਕਰਦੇ ਨੇ ਜੀ, ਇਹ ਕਾਰਾਂ ਚੋਰੀ ਕਰਦੇ ਨੇ, ਇਹ ਨੋਇਸ ਪੋਲਿਊਸ਼ਨ ਹੈ ਜੀ, ਕਾਰਾਂ ਦੜਾਉਂਦੇ ਨੇ, ਦਿਸ ਐਂਡ ਦੈਟ। ਮੈਂ ਹਮੇਸ਼ਾ ਆਪਣੀ ਕਮਿਊਨਿਟੀ ਨੂੰ ਕਹਿੰਦਾ ਹਾਂ ਇਹ ਗੱਲਾਂ ਹੈ ਨੇ, ਪਹਿਲਾਂ ਵੀ ਹੁੰਦੀਆਂ ਸੀ, ਜਦੋਂ ਅਸੀਂ ਆਏ ਸੀ ਉਦੋਂ ਵੀ 2% ਹੁੰਦੇ ਸੀਗੇ, ਇਹ ਇਲਤੀ ਕੋਈ ਸ਼ਰਾਰਤੀ ਲੋਕ ਹੁੰਦੇ ਨੇ, ਅਤੇ ਲੈਟ ਦਾ ਸਿਸਟਮ ਡੀਲ ਵਿਦ ਦੈਮ, ਪੁਛਾਣ ਨਾ ਲੱਗੇਗਾ ਜੀ ਉਹਨਾਂ ਦੇ ਡੀਲ ਕਰਦਾ। ਉਹ ਹਾਂ ਡਿਲੇ ਹੈਗਾ, ਪਰ ਇਵੈਂਚੁਲੀ ਹੁੰਦਾ ਜੀ, ਜੇ ਉਹ ਫੜੇ ਜਾਂਦੇ ਨੇ ਤਾਂ ਉਹਦਾ ਇੱਕ ਰੈਕਡ ਤਾਂ ਬਣਦਾ ਨਾ, ਜੇ ਰੈਕਡ ਬਣੇਗਾ ਤਾਂ ਉਹ ਪੱਕੇ ਨਹੀਂ ਛੇਤੀ ਹੋਣਗੇ, ਜੇ ਦੂਜੀ ਵਾਰੀ ਫੜੇ ਜਾਣਗੇ ਫਿਰ ਉਹਨਾਂ ਦੀ ਉਹਦਾ ਪ੍ਰੋਸੀਜਰ ਹੈ, ਡਿਪੋਰਟੇਸ਼ਨ ਪਾਵਰ ਲੈਂਥੀ ਆ, ਪਰ ਸਹਿਜੇ ਸਹਿਜੇ ਫਿਰ ਸਾਰੇ ਡਿਪੋਰਟ ਹੁਣ ਹੋ ਵੀ ਰਹੇ ਨੇ। ਇਹ ਜਿੰਨੇ ਹੁਣ ਦੇਖੋ ਕਿੰਨਾ ਪਿਛਲੇ ਸਾਲ ਤੋਂ ਅੱਗੇ ਨਾਲ ਚੋਰੀ, ਕਾਰਾਂ ਚੋਰੀ ਘੱਟ ਹੋ ਰਹੀਆਂ ਨੇ ਕਿਸੇ ਕਾਰਨ ਦਾ ਕਰਕੇ, ਕੋਈ ਸਰਕਾਰ ਦਾ ਕਰਕੇ ਜਾਂ ਕਿਸੇ ਨੇ, ਜਾਂ ਇਹਨਾਂ ਨੇ ਪੋਰਟਸ 'ਤੇ ਕਹਿੰਦੇ ਕੋਈ ਮਸ਼ੀਨਾਂ ਮਸ਼ੀਨਾਂ ਫੈਡਰਲ ਗਵਰਨਮੈਂਟ ਲਾ ਰਹੀ ਆ, ਐਕਸਰੇਜ਼ ਮਸ਼ੀਨਾਂ ਲਾ ਰਹੀ ਆ। ਔਰ ਮੈਂ ਕਹਿੰਦਾ ਵੀ ਜੇ ਉਹ ਕਰਦੇ ਵੀ ਨੇ ਤਾਂ ਉਹ ਇਹਨੂੰ ਭੁਗਤਣਗੇ ਜ਼ਰੂਰ, ਇੱਕ ਦਿਨ ਤਾਂ ਫੜੇ ਹੀ ਜਾਣਗੇ ਜੀ। ਆਪਾਂ ਸਾਰੀ ਐਨਰਜੀ ਉਹਨਾਂ 'ਤੇ ਨਾ ਲਾਈਏ ਜਿਹੜੇ ਬਹੁਤ ਸਾਰੇ ਚੰਗੇ ਨੇ, ਬਾਕੀ 95% ਅੱਛੇ ਨੇ। ਜੇ ਉਹਨਾਂ ਨੂੰ ਕੋਈ ਇਹੋ ਜਿਹਾ ਖਤਰਾ ਬਣ ਗਿਆ ਕਿ ਤੁਹਾਨੂੰ ਵਾਪਸ ਭੇਜਿਆ ਜਾਵੇਗਾ, ਜਸਟ ਇਮੈਜਿਨ ਕਿ ਜੇ ਤੁਹਾਡਾ 500,000 ਸਟੂਡੈਂਟ ਪੰਜਾਬ ਦੇ ਵਿੱਚ ਵਾਪਸ ਚਲਾ ਗਿਆ, ਜਿਹੜੇ ਯੰਗਸਟਰ ਨੇ ਉਹ ਸਿਸਟਮ ਦੇ ਵਿੱਚ ਜਾ ਕੇ ਉਹ ਕਿਵੇਂ ਫਿਰ ਉੱਥੇ ਤਬਾਹੀ ਮੱਚ ਜਾਏਗੀ ਜੀ, ਫਿਰ ਉਹਨਾਂ ਕਹਿਣਾ ਸਾਡੇ ਕੋਲ ਤਾਂ ਬਚਿਆ ਕੁਛ ਨਹੀਂ। ਔਰ ਮੈਂ ਸਮਝਦਾ ਵੀ ਸਾਡੀ ਕਮਿਊਨਿਟੀ ਦਾ ਇਹ ਫਰਜ਼ ਬਣਦਾ, 110 ਵਰੇ ਪਹਿਲਾਂ ਜਦੋਂ ਕਾਮਾ ਗਾਟਾ ਮਾਰੂ ਜਹਾਜ਼ ਆਇਆ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ, ਉਦੋਂ ਸਾਡੀ ਕਮਿਊਨਿਟੀ ਨੇ ਬਹੁਤ, ਉੱਥੇ ਡਿਫੈਂਸ ਕਮੇਟੀਜ਼ ਵੀ ਬਣੀਆਂ, ਅਸੀਂ ਫੰਡਰੇਜ਼ ਵੀ ਕੀਤੇ, ਵਕੀਲ ਵੀ ਹਾਇਰ ਕੀਤੇ, ਪਰ ਹਿੰਦੁਸਤਾਨ ਗੁਲਾਮ ਸੀ ਉਦੋਂ, ਉਹਨਾਂ ਨੂੰ 2-3 ਮਹੀਨੇ ਪਾਣੀ 'ਚ ਰੱਖ ਕੇ ਮੋੜ ਦਿੱਤਾ ਗਿਆ, ਉਹਨਾਂ ਤੋਂ ਕੰਡੇ ਵੀ ਨਹੀਂ ਲੱਗਣ ਦਿੱਤਾ। ਹਾਂਜੀ। ਔਰ ਉਹ ਉਹਨਾਂ ਦੀ ਕੋਈ ਵਾਇਲੇਸ਼ਨ ਵੀ ਨਹੀਂ ਸੀ, ਇਹਨੇ ਜਿਹੜਾ ਨਵਾਂ ਕਾਨੂੰਨ ਬਣਾਇਆ ਸੀ ਕਿ ਜਹਾਜ਼ ਸਿੱਧਾ ਜੇ ਇੰਡੀਆ ਤੋਂ ਆਵੇ ਅਤੇ ਉਹ ਐਂਟਰ ਹੋ ਸਕਦੇ ਨੇ, ਅਤੇ ਬਾਬਾ ਗੁਰਦੇਵ ਸਿੰਘ ਨੇ ਉਹ ਲੀਜ਼ 'ਤੇ ਕਰਕੇ ਮਾਰੂ ਕੰਪਨੀ ਤੋਂ ਜਹਾਜ਼ ਲੈ ਕੇ ਆਉਂਦਾ ਸਿੱਧਾ ਕਲਕੱਤੇ ਤੋਂ। ਹਾਂਜੀ।
ਫਿਰ ਵੀ ਉਹ ਜਿਹੜਾ ਪਿਓਰ ਜਿਹੜਾ ਸੀ ਨਾ ਡਾਇਰੈਕਟ ਰੇਸਿਜ਼ਮ ਸੀ, ਉਹ ਬੰਦੇ ਵਾਪਸ ਗਏ ਜੀ, ਉੱਥੇ ਬਜਬਜ ਘਾਟ 'ਤੇ ਗੋਲੀ ਚੱਲੀ, ਬੰਦੇ 30-35 ਮਾਰੇ ਗਏ। ਦੂਜਾ ਇੰਸੀਡੈਂਟ ਹੋਇਆ 1987 ਦੇ ਵਿੱਚ, ਜਿਹੜਾ ਰਿਫਿਊਜੀਆਂ ਦਾ ਸ਼ਿਪ ਆ ਗਿਆ ਸੀ ਈਸਟ ਕੋਸਟ 'ਤੇ ਹੈਲੀਫੈਕਸ 'ਤੇ, ਉਦੋਂ ਅਸੀਂ ਇਨਵਾਲਵ ਸੀ ਜੀ, ਅਤੇ ਅਸੀਂ ਉਦੋਂ ਇਹ ਤਹੀਆ ਕੀਤਾ ਕਿ ਅਸੀਂ ਵਾਪਸ ਇੰਡੀਆ ਨੂੰ ਜਾਣਤਾ ਸੀ, ਉਹਨਾਂ ਦੇ ਸਾਰਿਆਂ ਦੇ ਬਾਉਂਡਸ ਭਰੇ ਗਵਰਨਮੈਂਟ ਨਾਲ ਨੈਗੋਸੀਏਸ਼ਨ ਕਰਕੇ। ਆਹ ਹੁਣ ਕਮਿਊਨਿਟੀ ਵਾਸਤੇ ਬਹੁਤ ਵੱਡਾ ਚੈਲੰਜ ਹੈ। ਇੱਕ ਮਿੰਟ ਲਈ ਇਹ ਸਾਰੀਆਂ ਗੱਲਾਂ ਪਾਸੇ ਰੱਖ ਦਿਓ ਕਿ ਸਟੂਡੈਂਟ ਖਰਾਬੀ ਕਰਦੇ ਨੇ ਜੀ, ਇਹ ਕਰਦੇ ਨੇ, ਉਹ ਕਰਦੇ ਨੇ। ਇਸ ਲਈ ਵੱਡਾ ਚੈਲੰਜ ਇਹ ਆ ਕਿ ਇਹ ਜਿਹੜਾ 2-3 ਲੱਖ ਤੁਹਾਡਾ ਬੱਚਾ ਆ, ਇਹਨਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਆ, ਅਤੇ ਜੇ ਤੁਸੀਂ ਇਹਨਾਂ ਨੂੰ ਸਪੋਰਟ ਕਰੋਗੇ ਆ ਕੇ ਮੈਂਬਰ ਪਾਰਲੀਮੈਂਟ ਨੂੰ ਕਹੋਗੇ, ਇਹ ਦੋ ਇਸ਼ੂਜ ਨੇ, ਇੱਕ ਪ੍ਰੋਵਿੰਸ਼ੀਅਲ ਆ ਅਤੇ ਇੱਕ ਫੈਡਰਲ ਹੈਗਾ। ਹਾਂਜੀ, ਪਰ ਸਰਕਾਰਾਂ ਤਾਂ ਹੀ ਸੁਣਨਗੀਆਂ ਜੇ ਇਹਨਾਂ ਦੇ ਪਿੱਛੇ ਕਮਿਊਨਿਟੀ ਦੀ ਸਪੋਰਟ ਹੋ। ਅੱਛਾ, ਹੁਣ ਇੱਥੇ ਕਮਿਊਨਿਟੀ ਦੀ ਸਪੋਰਟ ਦੀ ਜਿਹੜੀ ਬਸ ਤੁਸੀਂ ਗੱਲ ਕੀਤੀ ਹੈ, ਉੱਥੇ ਕਮਿਊਨਿਟੀ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਲਾਈਨਸ ਓਪਨ ਕਰੀਦੀਆਂ, ਲੋਕ ਤਾਂ ਕਹਿੰਦੇ ਨੇ ਬਹੁਤ ਸਮੇਂ ਤੋਂ ਇਹ ਗੱਲ ਵੀ ਇਹਨਾਂ ਨੂੰ ਬਾਹਰ ਭੇਜ ਦੇਣਾ ਚਾਹੀਦਾ ਸੀ, ਇੱਦਾਂ ਦਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਸੀਗਾ। ਮੀਡੀਆ 'ਚ ਵੀ ਕਈ ਲੋਕ ਇੱਦਾਂ ਦੇ ਨੇ ਕਿ ਉਹ ਇਸ ਗੱਲ ਨੂੰ ਇਉਂ ਲੈਂਦੇ ਨੇ ਕਿ ਜਿਵੇਂ ਸਾਡੇ ਪਿਓ ਦਾਦਿਆਂ ਦੀ ਜਾਇਦਾਦ ਹੈ ਜੀ ਇਹ ਕੈਨੇਡਾ, ਵੀ ਹੋਰ ਕੋਈ ਨਹੀਂ ਹੋਣਾ ਸਕਦਾ, ਅਸੀਂ ਆ ਗਏ ਹਾਂ। ਨਹੀਂ, ਇਸ ਤਰ੍ਹਾਂ ਨਹੀਂ ਹੈ, ਕਿਵੇਂ ਦੇਖਦੇ ਹੋ? ਨਹੀਂ ਨਹੀਂ, ਇਸ ਤਰ੍ਹਾਂ ਨਹੀਂ, ਇਹ ਕੰਟਰੀ 'ਤੇ ਕਿਸੇ ਦਾ ਵੀ ਨਹੀਂ ਗਿਆ ਜੀ, ਇਹ ਵੀ ਜਿਹੜੇ ਈਵਨ ਬਾਕੀ ਕਮਿਊਨਿਟੀਜ਼ 'ਚ ਵੀ ਇੱਦਾਂ ਹੀ ਹੈ, ਕਈ ਬਾਕੀ ਸੋ ਕਾਲਡ ਲੋਕ ਇਹ ਜਿਹੜਾ ਕਰਦੇ ਨੇ ਸਾਡੇ ਨਾਲ। ਕੈਨੇਡੀਅਨ ਮਾਈਗ੍ਰੇਸ਼ਨ ਹਿਸਟਰੀ ਪੜ੍ਹੋ ਨਾ ਜੀ, ਹਾਂਜੀ, ਇੱਥੇ ਹਰ ਕਮਿਊਨਿਟੀ ਨੂੰ ਅੰਗਰੇਜ਼ਾਂ ਤੋਂ, ਅੰਗਰੇਜ਼ ਗੋਰਿਆਂ ਤੋਂ ਸਵਾ, ਜਿਹੜੇ ਆਈ ਮੀਨ ਬ੍ਰਿਟਿਸ਼ਰਸ ਸਨ, ਹਾਂਜੀ, ਉਹਨਾਂ ਤੋਂ ਬਾਅਦ ਜਦੋਂ ਆਇਰਿਸ਼ ਆਏ ਨਾ, ਹਾਂਜੀ, ਆਇਰਿਸ਼ ਨੂੰ ਇਹ ਫੇਸ ਕਰਨਾ ਪਿਆ, ਫਿਰ ਜਦੋਂ ਗ੍ਰੀਕਸ ਆਏ ਗ੍ਰੀਕਸ ਨੂੰ ਫੇਸ ਕਰ, ਜਦੋਂ ਇਟਾਲੀਅਨਸ ਆਏ ਆਫਟਰ ਦਾ ਸੈਕਿੰਡ ਵਰਲਡ ਵਾਰ, ਉਹਨਾਂ ਨੂੰ ਉਹਦੇ ਉੱਤੇ ਘੋੜੇ ਚਾੜ ਦਿੰਦੇ ਹੁੰਦੇ ਸੀ ਇਹ ਪੁਲਿਸ ਵਾਲੇ, ਜਿਹੜੇ ਘੋੜਾ ਪੁਲਿਸ ਹੁੰਦੀ ਸੀ ਡਾਊਨ ਟਾਊਨ ਦੇ ਵਿੱਚ, ਫਿਰ ਸਾਨੂੰ ਕਰਨਾ ਪਿਆ ਜੀ 70s ਦੇ ਵਿੱਚ, ਫਿਰ ਸੋਮਾਲੀਅਨ ਨੂੰ ਕਰਨਾ ਪਿਆ। ਹੁਣ ਜਿਹੜੇ ਮੁਸਲਮਾਨ ਮੁਲਕਾਂ ਤੋਂ ਲੋਕ ਆਉਂਦੇ ਨੇ ਉਹਨਾਂ ਨੂੰ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਬੇਸ਼ੱਕ ਤੁਸੀਂ 20 ਸਾਲ ਪਹਿਲਾਂ ਆ ਗਏ ਹੋ ਜਾਂ 100 ਸਾਲ ਪਹਿਲਾਂ ਆਏ ਹੋ, ਤੁਸੀਂ ਤੁਹਾਡੇ ਵਡੇਰੇ ਵੀ ਉਸੇ ਕਰਕੇ ਆਏ ਨੇ ਜਿਹੜਾ ਕਰਕੇ ਇਹ ਆ ਰਹੇ ਨੇ। ਅੱਜ ਜੇ ਕੋਈ, ਜੇ ਸਿਸਟਮ ਕਿਸੇ ਨੂੰ ਅਲਾਓ ਕਰਦਾ ਇੱਥੇ ਆਉਣ ਨੂੰ, ਲੀਗਲ ਤਰੀਕੇ ਦੇ ਨਾਲ ਆਇਆ, ਪੈਸੇ ਖਰਚ ਕੇ ਆਇਆ, ਐਜੂਕੇਸ਼ਨ ਲੈ ਕੇ ਆਇਆ, ਆਪਣਾ ਮੈਡੀਕਲ ਕਰਵਾ ਕੇ ਆਇਆ। ਮੈਂ ਕਿੰਨੀ ਵਾਰੀ ਇਹ ਗੱਲ ਕਹਿੰਦਾ ਕਿ ਕੈਨੇਡੀਅਨ ਸਿਸਟਮ 'ਚ ਇੱਕ ਬੱਚਾ 18 ਸਾਲ ਨੂੰ ਰੇਜ਼ ਕਰਨ ਨੂੰ $1 million ਕੋਸਟ ਹੈ ਜੀ, ਉਹ ਸਰਕਾਰ ਦੀ ਆ, ਸਮਾਜ ਦੀ ਆ, ਫੈਮਿਲੀ ਦੀ ਆ, ਅਤੇ ਸੰਸਥਾਵਾਂ ਦੀ $1 million। ਤੁਹਾਨੂੰ ਯਾਰ ਪੜਿਆ ਪੜਾਇਆ ਬੱਚਾ ਜਿਹੜਾ ਮੈਡੀਕਲੀ ਫਿਟ, ਸਾਡੀ ਕੈਨੇਡਾ ਦੀ ਲੋੜ ਵੀ ਹੈ ਵੀ ਸਾਨੂੰ ਚਾਹੀਦੇ ਨੇ ਲੋਕ, ਮੈਂ ਉਹ ਪੋਪੂਲੇਸ਼ਨ ਚਾਹੀਦੀ ਹੈ, ਮੈਂ ਉਹ ਦੱਸਣ ਲੱਗਾ ਜੀ ਕਿ ਜਿਹੜੇ ਸਟੈਟਸ ਹੀ ਦੱਸਦੇ ਨੇ ਕਿ ਜਿਹੜੀ ਪਾਪੂਲੇਸ਼ਨ ਆ ਨਾ ਉਹਦੀ ਕੰਟੀਨਿਊਟੀ ਵਾਸਤੇ ਇਹ 2.1 ਬੱਚਾ ਚਾਹੀਦਾ, 2 ਬੱਚੇ ਪਰ ਫੀਮੇਲ ਚਾਹੀਦੇ ਨੇ, ਅਤੇ ਸਾਡਾ 1.3 ਆ ਜੀ ਕੈਨੇਡਾ ਦਾ, ਸਾਡੇ ਤਾਂ ਬੱਚੇ ਪੂਰੇ ਵੀ ਨਹੀਂ ਗਏ, ਸਾਡੀ ਪਾਪੂਲੇਸ਼ਨ ਡਿਕਲਾਈਨ 'ਤੇ। ਅਸੀਂ ਅਕਸਰ ਬਲ ਸਾਹਿਬ ਆਪਣੀਆਂ 2-3 ਕਾਲਰ ਵੀ ਨੇ, ਆਪਾਂ ਕਾਲਜ ਵੀ ਔਨ ਏਅਰ ਕਰਦੇ ਹਾਂ, ਕਿਉਂਕਿ ਇਹ ਵਿਸ਼ਾ ਇਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਹੋ ਸਕਦਾ ਕਿ ਅਸੀਂ ਕਈ ਵਾਰ ਨਾ ਜੀ ਨੈਰੇਟਿਵ ਇੱਕ ਜਦੋਂ ਬਣਨਾ ਸ਼ੁਰੂ ਹੋ ਜਾਂਦਾ, ਕਈ ਵਾਰੀ ਅਗੇਂਸਟ ਚੱਲਣ ਲੱਗ ਜਾਂਦੇ ਤਾਂ ਸਾਰੇ ਅਗੇਂਸਟ ਬੋਲੀ ਜਾਂਦੇ, ਬਿਲਕੁਲ ਜੀ। ਪਰ ਮੈਂ ਦੁਬਾਰਾ ਫਿਰ ਬੇਨਤੀ ਕਰਦਾ, ਮੈਂ ਤਾਂ ਬਹੁਤ ਵਾਰ ਇੱਥੇ ਗੁਰਪ੍ਰੀਤ ਖਹਿਰਾ ਹੋਰਾਂ ਨਾਲ ਵੀ ਸਾਡਾ ਜਦੋਂ ਸੈਗਮੈਂਟ ਚੱਲਦਾ ਤਾਂ ਅਸੀਂ ਗੱਲ ਕਰਦੇ ਹਾਂ ਵੀ ਇੱਕ ਪਾਸੇ ਤਾਂ ਸਰਕਾਰ ਲਾਈਨਾਂ ਖਿੱਚ ਕੇ ਬੰਦੇ ਲਿਆ ਰਹੀ ਆ ਵੀ ਭਾਈ ਸਾਡੇ ਦੇਸ਼ 'ਚ ਆ ਜਾਓ ਅਤੇ ਇੱਥੇ ਰਿਫਿਊਜੀ ਸਟੈਟਸ ਅਪਲਾਈ ਕਰੋ ਅਤੇ ਤੁਹਾਨੂੰ ਪੱਕੇ ਕਰੀਏ, ਦੂਜੇ ਪਾਸੇ ਜਿਹੜੇ ਲੋਕ ਕੰਟਰੀਬਿਊਟ ਵੀ ਕਰ ਰਹੇ ਨੇ, ਜਿਨ੍ਹਾਂ ਨੇ ਖਰਚੇ ਵੀ ਕੀਤੇ ਹੋਏ ਨੇ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਫੀਸ ਦੇ ਕੇ ਜਾਂ ਆਪਣੇ ਟੈਕਸ ਦੇ ਕੇ ਤੁਹਾਡੇ ਲਈ ਕੰਮ ਕੀਤਾ ਹੋਇਆ, ਤਾਂ ਕਿਉਂ ਨਹੀਂ ਕੋਈ ਇੱਦਾਂ ਦਾ ਪਲਾਨ ਡਿਜ਼ਾਈਨ ਕੀਤਾ ਜਾਂਦਾ ਕਿ ਠੀਕ ਹੈ ਥੋੜ੍ਹੀ ਦੇਰ ਲਈ ਜੇ ਬਾਹਰੋਂ ਨਹੀਂ ਲੈ ਕੇ ਆਉਣੇ, ਪਰ ਜਿਹੜੇ ਇੱਥੇ ਵਿਦ ਇਨ ਕੈਨੇਡਾ ਸਾਡੇ ਕੋਲ ਇੱਦਾਂ ਦੇ
ਮਾਹੌਲ ਦੇ ਵਿੱਚੋਂ ਦੀ ਗੁਜ਼ਰ ਰਹੇ ਨੇ ਕਿ ਉਹਨਾਂ ਨੂੰ ਸਟ੍ਰੈਸ ਵੀ ਹੈ, ਉਹ ਡਿਪਰੈਸ ਵੀ ਨੇ, ਉਹ ਪਰੇਸ਼ਾਨ ਵੀ ਨੇ ਕਿ ਪਤਾ ਨਹੀਂ ਅਸੀਂ ਪੱਕੇ ਹੋਣਾ ਕਿ ਨਹੀਂ ਹੋਣਾ। ਕੋਈ ਨਾ ਕੋਈ ਇੱਦਾਂ ਦਾ ਪੈਮਾਨਾ, ਕੋਈ ਨਾ ਕੋਈ ਇੱਦਾਂ ਦਾ ਫਾਰਮੂਲਾ ਕਿਉਂ ਨਹੀਂ ਡਿਜ਼ਾਇਨ ਕੀਤਾ ਜਾਂਦਾ ਜਿਹੜਾ ਉਹਨਾਂ ਨੂੰ ਇੱਕ ਸੁਖਾਵਾਂ ਰਸਤਾ ਦੇ ਸਕੇ। ਸੋ ਇਹਦੇ 'ਤੇ ਆਪਾਂ ਕਾਲਰਸ ਨੂੰ ਵੀ ਬੇਨਤੀ ਕਰਦੇ ਹਾਂ ਜੇ ਸਾਡੇ ਕੋਲ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋਣ ਤਾਂ ਆਪਾਂ ਜ਼ਰੂਰ ਕਾਲਸ ਲੈਂਦੇ ਹਾਂ। ਸੋ ਪਹਿਲੇ ਕਾਲਰ ਸਾਡੇ ਹੈਗੇ ਨੇ ਜੀ 3857 ਨੰਬਰ, ਫਿਰ ਉਸ ਤੋਂ ਬਾਅਦ ਕੁਲਦੀਪ ਜੀ, ਫਿਰ ਰਾਜਵਿੰਦਰ ਜੀ, ਫਿਰ 4241। ਸੋ ਆਪਾਂ ਵਨ ਬਾਏ ਵਨ ਤੁਹਾਡੀਆਂ ਕਾਲਸ ਔਨ ਏਅਰ ਕਰਦੇ ਹਾਂ। ਆਪਣਾ ਨਾਮ ਦੱਸ ਕੇ ਸ਼ੁਰੂ ਕਰ ਸਕਦੇ ਹਾਂ ਜੀ ਗੱਲਬਾਤ। ਹਾਂਜੀ 3857 ਕੀ ਨਾਮ ਹੈ ਜੀ ਤੁਹਾਡਾ? ਨੰਬਰਦਾਰ ਜਗੀਰ ਸਿੰਘ ਬੋਲ ਰਿਹਾ ਗਿੱਲ ਸਾਹਿਬ ਜੀ। ਨੰਬਰਦਾਰ ਜੀ ਕੀ ਕਹੋਗੇ? ਬਲ ਸਾਹਿਬ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਨੰਬਰਦਾਰ ਜੀ, ਸਤਿ ਸ੍ਰੀ ਅਕਾਲ ਵੀਰ ਜੀ ਬੈਂਸ ਸਾਹਿਬ। ਬਹੁਤ ਵਧੀਆ ਤੁਸੀਂ ਗੱਲਾਂ ਕਰ ਰਹੇ ਹੋ। ਗੱਲ ਇਹ ਆ ਵੀ ਆਟੇ ਨੂੰ ਜਿਹੜਾ ਪਰੇਥਣ ਲੱਗੀ ਜਾਂਦਾ ਨਾ, ਜਿੱਦਾਂ ਜਿਹੜੇ ਚੰਗੇ ਬੱਚੇ ਆ, ਹਾਂ ਉਹ ਬਹੁਤ ਮਾੜੀ ਗੱਲ ਆ। ਬਾਕੀ ਇਹ ਆ ਵੀ ਹੁਣ ਕੱਲ ਦੀ ਆ, ਕਿਸੇ ਨੇ ਪਾਈ ਆ ਟ੍ਰੇਨਿੰਗ ਮਾਲ ਚ, ਦੇਖੋ ਕਿੱਦਾਂ ਨਿਆਣਿਆਂ ਨੇ ਖਾ ਪਾਈ ਆ। ਮੇਰਾ ਮਤਲਬ ਆ ਵੀ ਜਿਹੜੇ ਨਿਆਣੇ ਇੱਦਾਂ ਬਾਹਲੇ ਕਰਨ ਲੱਗ ਪਏ, ਉਹਨਾਂ ਨੇ ਬੇੜਾ ਜ਼ਿਆਦਾ ਗਰਕ ਕਰਤਾ। ਬਾਕੀ ਤੁਸੀਂ ਜਿੱਦਾਂ ਕਹਿੰਦੇ ਨਾ, ਵੋਟਾਂ ਆਈਆਂ ਐਮ ਪੀ ਆ ਨੂੰ ਕਹਿ ਕੇ, ਸਾਰੇ ਪਾਸੇ ਜਿੱਦਾਂ ਦੋਵੇਂ ਸਰਕਾਰਾਂ ਹੈਗੀਆਂ, ਉਹ ਕੋਈ ਨਾ ਕੋਈ ਇਹਨਾਂ ਦਾ ਰਾਹ ਲੱਭਿਆ ਜਾਵੇ ਔਰ ਹਰ ਆਪਣੇ ਪੰਜਾਬੀ ਨੂੰ ਮਦਦ ਕਰਨੀ ਚਾਹੀਦੀ ਆ ਜਿੰਨੀ ਵੀ ਹੋ ਸਕੇ। ਬਿਲਕੁਲ ਜੀ, ਬਹੁਤ ਮਿਹਰਬਾਨੀ ਤੁਹਾਡੀ, ਐਗਰੀ ਵਿਦ ਯੂ। ਬਾਕੀ ਤੁਸੀਂ ਸਿਆਣੇ ਆ ਬਹੁਤ, ਬਲ ਸਾਹਿਬ ਬੜੇ ਪੁਰਾਣੇ ਆਏ ਹੋ ਤੁਸੀਂ ਤਾਂ। ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ। ਕੁਲਦੀਪ ਸਿੰਘ, ਕੁਲਦੀਪ ਸਿੰਘ ਜੀ ਨੇ ਨੈਕਸਟ ਕਾਲ। ਹਾਂਜੀ ਕੁਲਦੀਪ ਜੀ, ਤੁਸੀਂ ਆਉਂਦੇ ਹੋ? ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਆਪਾਂ ਕਹਿ ਰਹੇ ਹਾਂ ਕਿ ਬੱਚੇ ਇੰਨੇ ਪੈਸੇ ਖਰਚ ਕੇ ਆਏ ਆ, ਸਭ ਕੁਛ ਵੇਚ ਵੱਟ ਕੇ ਆਏ ਆ, ਹਨਾ। ਉਹ ਦੇਖੋ ਉਹ ਆਪਣੇ ਲਈ ਵੇਚ ਵੱਟ ਕੇ ਆਇਆ, ਨਾ ਕਿ ਇੱਥੇ ਕੈਨੇਡਾ ਵਾਸਤੇ ਵੇਚ ਵੱਟ ਕੇ ਆਏ ਆ। ਦੂਸਰਾ, ਜਦੋਂ ਰਿਫਿਊਜੀ ਆਉਂਦੇ ਆ ਬੰਦੇ, ਉਹ ਵਿਦ ਫੈਮਲੀਆਂ ਦੋ ਨੰਬਰ ਦੇ ਵਿੱਚ ਰੋਲ ਰੋਲ ਕੇ ਆਉਂਦੇ ਆ, ਡੈਪੋਟੇਸ਼ਨ ਲਾ ਜਾਂਦੀ, ਵਾਪਸ ਚੱਲ ਜਾਂਦੇ ਆ, ਨਾ ਉਹ ਇੱਧਰ ਜੋਗੇ ਨਾ ਉੱਧਰ ਜੋਗੇ। ਉਹਨਾਂ ਦੇ ਪ੍ਰਤੀ ਤਾਂ ਕਦੀ ਆਵਾਜ਼ ਨੀ ਉੱਠੀ ਕਿ ਇੰਨੇ ਡਿਪੋਰਟ ਕਰ ਦਿੱਤੇ ਆ, ਵਾਪਸ ਭੇਜ ਦਿੱਤੇ ਆ ਰਿਫਿਊਜੀ। ਤੇ ਆਪਾਂ ਇਹਨਾਂ ਨੂੰ ਕਹਿ ਰਹੇ ਹਾਂ, ਅੱਜ ਰੀਸੈਂਟਲੀ ਮੈਂ ਤੈਨੂੰ ਆਪਣਾ ਵਾਕਿਆ ਦੱਸਦਾ। ਮੈਂ ਟ੍ਰੇਡਿੰਗ ਮਾਲ ਤੋਂ ਅੱਧਾ ਘੰਟਾ ਪਹਿਲਾਂ ਟ੍ਰੇਡਿੰਗ ਮਾਲ ਤੋਂ ਪਾਰਕਿੰਗ ਦੇ ਵਿੱਚੋਂ ਨਿਕਲ ਰਿਹਾ ਸੀ, ਮੈਂ ਰੋਡ ਤੇ ਸੀਗਾ। ਪਾਰਕਿੰਗ ਦੇ ਵਿੱਚੋਂ ਮੁੰਡੇ ਨੇ ਗੱਡੀ ਕੱਢੀ, ਮੇਰਾ ਖਿਆਲ ਮੈਂ ਜਸਟ 2 ਜਾਂ 3 ਸੈਕਿੰਡ ਦਾ ਫਰਕ ਪਿਆ, ਬ੍ਰੇਕ ਮਾਰ ਕੇ ਇਮੀਡੀਏਟਲੀ ਮੈਂ ਬਚਾ। ਇੰਨੀ ਤੇਜ਼ ਪਿਆ ਸਾਡੀ ਸਪੀਡ ਪਾਰਕਿੰਗ ਦੇ ਵਿੱਚ ਹੀ ਉਹਦੀ ਸੀਗੀ। ਫਿਰ ਉਹਨੇ ਪਿੱਛਾ ਮੁੜ ਕੇ ਨੀ ਦੇਖਿਆ, ਨੱਠ ਗਿਆ ਗੱਡੀ ਲੈ ਕੇ। ਠੀਕ ਹੈ ਕੁਲਦੀਪ ਜੀ, ਅਸੀਂ ਉਹੀ ਗੱਲ ਕਰ ਰਹੇ ਹਾਂ ਵੀ ਜਿਹੜੇ ਉਹ ਕੁਛ ਮੂਰਖ ਲੋਕ ਨੇ, ਆਪਾਂ ਉਹਦਾ ਕਰਕੇ ਸਾਰਿਆਂ ਨੂੰ ਤਾਂ ਛਿੱਕੇ ਨਾ ਟੰਗੀਏ ਜੀ। ਮੈਨੂੰ ਇਹ ਲੱਗਦਾ ਵੀ ਅਸੀਂ ਇਸ ਗੱਲ ਨੂੰ ਵੀ ਅੱਗੇ ਲੈ ਕੇ ਚੱਲਣਾ ਚਾਹੁੰਦੇ ਹਾਂ ਨਾ। ਹੁਣ ਆਪਾਂ ਕੁਛ ਨਹੀਂ ਕਹਿ ਸਕਦੇ, ਹੁਣ 50% ਤੋਂ ਉੱਪਰ ਹੋ ਗਏ ਆ। ਹੁਣ ਆਪਾਂ ਉਹ ਇੱਕੋ ਵਾਕਿਆ ਮਤਲਬ ਦੁਹਰਾਈ ਜਾਈਏ ਨਾ, ਜੇ ਵੀ 2% ਆ ਜਾਂ 5% ਆ, ਹੁਣ 50% ਤੋਂ ਉੱਪਰ ਆ। ਮੈਂ ਇੱਕ ਬੇਨਤੀ ਕਰਾਂ ਜੀ ਕਿ ਤੁਸੀਂ ਕਿਹਾ ਵੀ ਇਹ ਆ ਗਏ, ਧੱਕੇ ਨਾਲ ਨਹੀਂ ਆਏ। ਗੌਰਮੈਂਟ ਹਰ ਸਾਲ ਇੱਕ ਟੀਚਾ ਸੈੱਟ ਕਰਦੀ ਆ ਕਿ ਇੰਨੇ ਇੰਟਰਨੈਸ਼ਨਲ ਸਟੂਡੈਂਟ ਅਸੀਂ ਲੈਣੇ, ਉਦੋਂ ਨੰਬਰ ਵੱਧ ਨਹੀਂ ਲੈਂਦੇ, ਇਹ ਆਪ ਵਧਾਉਂਦੇ ਨੇ ਨੰਬਰ, ਜੀ ਵਧਾਏ ਨੇ ਪਿਛਲੇ। ਤੁਸੀਂ ਜਾ ਕੇ ਗੂਗਲ 'ਤੇ ਜਾ ਕੇ ਸਰਚ ਕਰੋ ਅਤੇ ਇਹਨਾਂ ਦੇ ਨੰਬਰ ਵਧੇ ਨੇ। ਔਰ ਉਹ ਉਹਨਾਂ ਦਾ ਕ੍ਰਾਈਟੇਰੀਆ ਜਿਹੜਾ ਆ, ਉਹਨਾਂ ਦੀ ਜਿਹੜੀਆਂ ਸ਼ਰਤਾਂ ਪੂਰੀਆਂ ਕਰਕੇ ਸਟੂਡੈਂਟ ਆਉਂਦੇ ਨੇ ਜੀ, ਧੱਕੇ ਨਾਲ ਨਹੀਂ ਆਉਂਦਾ। ਦੂਸਰੀ ਜਿਹੜਾ ਤੁਸੀਂ ਕਿਹਾ ਨਾ ਕਿ ਰਿਫਿਊਜੀ ਰੁਲ ਕੇ ਆਉਂਦੇ ਨੇ ਅਤੇ ਉਹ ਡਿਪੋਰਟ ਹੋ ਰਹੇ ਨੇ, ਦੇਖੋ ਜਿਹੜੀ 1951 ਦੀ ਜਨੇਵਾ ਕਨਵੈਨਸ਼ਨ ਹੈ ਨਾ ਜੀ, ਉਹਦੇ ਵਿੱਚ ਕੈਨੇਡਾ ਸਿਗਨੇਟੋਰੀ ਆ ਰਿਫਿਊਜੀਆਂ ਦੀ ਜਿਹੜੀ ਆ, ਹਰ ਕਿਸੇ ਨੂੰ ਇੱਥੇ ਫੇਅਰ ਹੀਅਰਿੰਗ ਦਿੱਤੀ ਜਾਂਦੀ। ਜਿਹੜਾ ਬਾਰਡਰ 'ਤੇ ਆ ਕੇ ਪੋਰਟ 'ਤੇ ਜਾਂ ਸੀ ਪੋਰਟ 'ਤੇ ਇਹ ਕਹਿਦਾ ਕਿ ਰਿਫਿਊਜੀ ਵਰਲਡ ਮੈਜਿਕ ਕਹਿ ਦੇਵੇ, ਉਹਦੀ ਪ੍ਰੋਪਰ ਪਹਿਲਾਂ ਸਟੋਰੀ ਸਬਮਿਟ ਕਰੇਗਾ 45 ਦਿਨਾਂ ਦੇ ਵਿੱਚ, ਉਹਦੀ ਫਿਰ ਪਹਿਲੀ ਹੀਅਰਿੰਗ ਹੋਏਗੀ ਔਰ ਉਹਦਾ ਡਿਸੀਜ਼ਨ ਆਏਗਾ। ਜੇ ਉਹਦਾ ਕੇਸ ਉਹਨਾਂ ਨੇ ਡਿਕਲਾਈਨ ਹੋ ਗਿਆ, ਫਿਰ ਅਪੀਲ 'ਤੇ ਜਾਏਗਾ, ਅਪੀਲ ਤੋਂ ਬਾਅਦ ਹਿਊਮਨ ਅਤੇ ਕੰਪੈਸ਼ਨ ਗਰਾਊਂਡ 'ਤੇ ਜਾਏਗਾ, ਫਿਰ ਮਿਨਿਸਟਰ ਤੱਕ ਜਾਏਗਾ। ਉਹ ਇੱਕ ਪ੍ਰੋਸੀਜਰ ਹੈ ਜੀ। ਇੱਥੇ ਲੱਖਾਂ ਹੀ ਜਿਹੜੇ ਜੈਨੂਅਨ ਰਿਫਿਊਜੀ ਵੀ ਪੱਕੇ ਹੋਏ ਨੇ
ਔਰ ਸਾਨੂੰ ਪਤਾ ਹੈ ਜਿਹੜੇ ਇੱਥੇ ਰਹਿਣ ਵਾਸਤੇ ਆਏ ਸੀ ਉਹ ਵੀ ਪੱਕੇ ਹੋਏ ਨੇ, ਸਿਸਟਮ ਬਹੁਤ ਫੇਅਰ ਆ। ਇੱਦਾਂ ਨਹੀਂ ਵੀ ਸਾਰੇ ਰਿਫਿਊਜੀਆਂ ਨੂੰ ਇਹ, ਹਾਲੇ ਵੀ ਜਿਹੜਾ ਹਾਈਐਸਟ ਅਸੈਪਟੈਂਸ ਰਿਫਿਊਜੀ ਰੇਟ ਆ ਨਾ ਉਹ ਕੈਨੇਡਾ ਦਾ ਮੇਰੇ ਵੀਰ ਜੀ, ਇਹ ਧੱਕੇ ਨਾਲ ਨਹੀਂ ਸਟੂਡੈਂਟ ਆ ਰਿਹਾ, ਇਹ ਜਿਹੜੇ ਉਹ ਸ਼ਰਤਾਂ ਸਾਰੀਆਂ ਫੁਲਫਿਲ ਕਰਕੇ ਮੈਡੀਕਲ ਕਰਵਾ ਕੇ ਫੀਸਾਂ, ਹੁਣ ਤਾਂ ਇਹਨਾਂ ਨੇ ਕਿਹਾ ਵੀ $20,000 ਅਤੇ $700 ਪਹਿਲਾਂ ਜਮ੍ਹਾਂ ਕਰਾਓ ਤਾਂ ਕਿ ਤੁਹਾਨੂੰ ਸਾਲ ਵਾਸਤੇ ਜੇ ਕਮਰੇ ਦਾ ਕਿਰਾਇਆ ਦੇਣਾ ਹੋਵੇ। ਹਾਂ, ਇਹ ਤੁਹਾਡੀ ਗੱਲ ਨਾਲ ਮੈਂ ਐਗਰੀ ਹਾਂ, ਸਾਡੇ ਆਪਣੇ ਨਾਲ ਵੀ ਇਹ ਗੱਲਾਂ ਵਾਪਰਦੀਆਂ ਨੇ। ਇਹ ਜਦੋਂ ਕਾਰ ਰੇਸਿੰਗ ਕਰਦੇ ਨੇ, ਪਟਾਕੇ ਪਵਾਉਂਦੇ ਨੇ ਅਤੇ ਹੋਰ ਲਾਲਾ ਕਰਦੇ ਨੇ, ਪਰ ਇੰਨੀ ਗਿਣਤੀ ਨਹੀਂ ਮੇਰੇ ਵੀਰੇ, ਅਤੇ ਇੰਨੀ ਗਿਣਤੀ ਨਹੀਂ ਹੈ, 50% ਨਹੀਂ ਹੈ, ਹਾਂਜੀ 2-5 ਆਪਾਂ ਕਹਿ ਲਈਏ, ਪਰ ਆਪਾਂ ਨੂੰ ਲੱਗਦੇ ਆ ਉਹ ਬਦਨਾਮੀ। ਪਰ ਕੁਲਦੀਪ ਭਾਈ ਸੋਰੀ, ਮੈਂ ਬਲ ਸਾਹਿਬ ਦੀ ਗੱਲ ਨੂੰ ਵੀ ਰੋਕ ਰਿਹਾ ਸੀ ਵੀ ਸ਼ਾਇਦ ਇੱਥੇ ਅਸੀਂ ਇਸ ਤਰ੍ਹਾਂ ਦੇ ਆਪਣੇ ਵਿਚਾਰ ਬਣਾਉਣ ਨਾਲੋਂ ਕਿ ਅਸੀਂ ਸਾਰਿਆਂ ਦੇ ਉੱਤੇ ਹੀ ਸ਼ਿਕੰਜਾ ਕੱਸ ਦਈਏ, ਉਹਦੇ ਨਾਲੋਂ ਅਸੀਂ ਇਸ ਗੱਲ ਨੂੰ ਕਿਉਂ ਨਹੀਂ ਜ਼ਿਆਦਾ ਪ੍ਰੋੜਤਾ ਕਰਦੇ ਉਸ ਗੱਲ ਦੀ ਕਿ ਜਿਹੜੇ ਲੋਕ ਖਰਾਬੀ ਕਰ ਰਹੇ ਨੇ ਉਹਨਾਂ ਦੇ ਉੱਪਰ ਸਖਤੀ ਕੀਤੀ ਜਾਵੇ ਬਸ। ਬਿਲਕੁਲ ਜੀ, ਬਿਲਕੁਲ ਬਿਲਕੁਲ, ਉਹਨਾਂ 'ਤੇ ਸਖਤੀ ਕੀਤੀ ਜੀ। ਦੇਖੋ ਸਖਤੀ ਤਾਂ ਉਹਦੇ 'ਤੇ ਹੋਣੀ ਚਾਹੀਦੀ ਜਿਹੜਾ ਕਾਨੂੰਨ ਦੀ ਉਲੰਘਣਾ ਕਰਦਾ, ਰਾਈਟ? ਹਾਂਜੀ। ਹੁਣ ਆਪਾਂ ਪ੍ਰੋਟੈਸਟਾਂ ਦੇ ਵਿੱਚ ਪਏ ਹਾਂ, ਪ੍ਰੋਟੈਸਟ ਇਹ ਕਿਸੇ ਲਾਅ ਦੇ ਵਿੱਚ ਨਹੀਂ ਲਿਖਿਆ ਹੋਇਆ ਜੀ, ਕੱਲ ਨੂੰ ਉੱਠ ਕੇ ਹੋਰ ਰਿਫਿਊਜੀ ਪ੍ਰੋਟੈਸਟ ਕਰਨ ਲੱਗ ਪੈਣਗੇ ਕਿ ਸਾਨੂੰ PR ਦਿਓ, ਅਸੀਂ ਨਹੀਂ ਵਾਪਸ ਜਾਣਾ, ਅਸੀਂ ਸਾਰਾ ਕੁਛ ਵੇਚ ਵੱਟ ਕੇ ਆਏ ਹਾਂ, ਸਾਡਾ ਪਿੱਛੇ ਕੁਛ ਹੈ ਨੀ ਗਾ, ਹੈ ਨਾ? ਦੇਖੋ ਦੇਖੀ ਇਹਦਾ ਸਿਸਟਮ ਚੱਲ ਪਏਗਾ। ਇਹ ਨਹੀਂ ਜਿਹੜਾ ਪ੍ਰੋਟੈਸਟ ਆ ਵੀਰ ਜੀ, ਆਪਾਂ ਨੂੰ ਇਹ ਕੰਟਰੀ ਅਲਾਓ ਕਰਦਾ ਜੀ, ਪੀਸਫੁਲ ਪ੍ਰੋਟੈਸਟ ਆਪਾਂ ਕਰ ਸਕਦੇ ਹਾਂ ਜੇ ਕਿਸੇ ਨੂੰ ਆਪਾਂ ਉੱਥੇ ਤਕਲੀਫ ਨਹੀਂ ਹੈ, ਕੋਈ ਟ੍ਰੈਫਿਕ ਬਲੋਕ ਨਹੀਂ ਕਰਦੇ, ਕਿਸੇ ਨੂੰ ਗਾਲ ਨਹੀਂ ਕੱਢਦੇ, ਕੋਈ ਇੱਦਾਂ ਦਾ ਨਹੀਂ। ਪ੍ਰੋਟੈਸਟ ਕਰਨਾ ਤਾਂ ਤੁਹਾਨੂੰ ਰਾਈਟ, ਆਪਾਂ ਇਹ ਨਾ ਕਹੀਏ ਕੱਲ੍ਹ ਨੂੰ ਜੇ ਸਾਨੂੰ ਵੀ ਲੋੜ ਪੈਂਦੀ ਆ ਤੁਹਾਨੂੰ ਜਾਂ ਮੈਨੂੰ ਵੀ ਲੋੜ ਪਈ ਹੈ ਤਾਂ ਫਿਰ ਆਪਾਂ ਕਹੀਏ ਅਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ, ਉਹ ਤਾਂ ਸਾਡਾ ਹੱਕ ਆ ਜੀ। ਉਹ ਤਾਂ ਸਿਟੀਜ਼ਨ ਜਿਹੜਾ ਉਹ ਹੀ ਕਰੇਗਾ ਨਾ, ਕੱਲ੍ਹ ਵਿਸਤਰ ਆਣਗੇ ਪ੍ਰੋਟੈਸਟ ਕਰਨੇ ਸ਼ੁਰੂ ਕਰ ਦੇਣਗੇ ਜੀ। ਨਹੀਂ, ਉਹ ਦੇਖੋ ਰਾਈਟਸ ਜਿਹੜਾ ਇੱਦਾਂ ਜਿਹੜਾ ਰਿਫਿਊਜੀ ਆਉਂਦਾ ਆ ਕੇ ਕਲੇਮ ਕਰਦਾ ਉਹ ਸਿਟੀਜ਼ਨ ਤਾਂ ਹੈ ਨਹੀਂ, ਉਹ ਵੀ ਇੱਕ ਪਲੀ ਲੈ ਰਿਹਾ ਮੈਂ ਰਿਫਿਊਜੀ ਆ, ਉਹਦੇ ਕੋਲ ਵੀ ਰਾਈਟਸ ਨੇ ਜੀ। ਮੈਂ ਦੱਸਿਆ ਤੁਹਾਨੂੰ 4 ਸਟੈਪਸ ਨੇ, ਇਹਨਾਂ ਕੋਲ ਘੱਟੋ ਘੱਟ ਹਾਂ ਦਾ ਨਾਰਾ ਮਾਰਨ ਦਾ, ਪ੍ਰੋਟੈਸਟ ਕਰਨ ਦਾ ਤਾਂ ਹੱਕ ਹੈ ਜੀ, ਹੋਣਾ ਵੀ ਚਾਹੀਦਾ, ਆਪਾਂ ਉਹ ਨਾ ਬੰਦ ਕਰਵਾਈਏ। ਨਹੀਂ ਨਹੀਂ, ਅਸੀਂ ਬੰਦ ਕਰਵਾਉਣ ਵਿੱਚ ਨਹੀਂ, ਮੈਂ ਵੈਸੇ ਗੱਲ ਕਰ ਰਿਹਾ ਜੀ, ਬੰਦ ਕਰਵਾਉਣ ਦੀ ਨਹੀਂ ਗੱਲ ਕਰ ਰਿਹਾ, ਮੈਂ ਅਧਿਕਾਰਾਂ ਦੀ ਗੱਲ ਕਰ ਰਿਹਾ। ਅਧਿਕਾਰ ਤਾਂ ਉਹਨੂੰ ਹੀ ਹੈ ਨਾ, ਜੇ ਅਧਿਕਾਰ ਆਪਾਂ ਨੂੰ ਪਹਿਲੇ ਮਿਲ ਗਏ ਫਿਰ ਆਪਾਂ ਸਿਟੀਜ਼ਨਸ਼ਿਪ ਕੱਲ੍ਹ ਹੀ ਲੈਣੀ ਹੈ। ਨਹੀਂ ਨਹੀਂ ਜੀ, ਹਾਲੇ ਆਪਾਂ ਨਾ ਦੇਖੋ ਕੁਲਦੀਪ ਭਾਈ, ਇਹੀ ਗੱਲ ਅਸੀਂ ਕੋਈ ਦੇਖੋ ਤੁਹਾਡੀ ਗੱਲ ਨਾਲ ਅਸੀਂ 100% ਨਾ ਤਾਂ ਅਸੀਂ ਕਹਿ ਰਹੇ ਹਾਂ ਵੀ ਅਸੀਂ ਤੁਹਾਡੀ ਗੱਲ ਨੂੰ ਅਸਹਿਮਤੀ ਜਤਾ ਰਹੇ ਹਾਂ, ਨਾ ਹੀ ਅਸੀਂ ਸਹਿਮਤੀ, ਅਸੀਂ ਇਹੀ ਡਿਸਕਸ਼ਨ ਇੱਕ ਅੱਗੇ ਤੋਰਨਾ ਚਾਹੁੰਦੇ ਹਾਂ। ਮੈਂ ਦੁਬਾਰਾ ਬੇਨਤੀ ਕਰਦਾ, ਹੁਣ ਆਪਣੀਆਂ ਸਾਰੀਆਂ ਲਾਈਨਸ ਬਿਜ਼ੀ ਆ, ਸਾਡੇ ਸਰੋਤੇ ਹੋਲਡ ਰੱਖਿਓ, ਸਾਡਾ ਇੱਥੇ ਕੋਈ ਮਕਸਦ ਇੱਦਾਂ ਦਾ ਨਹੀਂ ਹੈ ਵੀ ਅਸੀਂ ਕੋਈ ਕਿਸੇ ਨੂੰ ਪ੍ਰਵੋਕ ਕਰ ਰਹੇ ਹਾਂ ਜਾਂ ਕਿਸੇ ਨੂੰ ਸਪੋਰਟ ਕਰ ਰਹੇ ਹਾਂ। ਅਸੀਂ ਕਹਿੰਦੇ ਵੀ ਇੱਕ ਡਿਸਕਸ਼ਨ ਪੋਜ਼ਿਟਿਵ ਤਰੀਕੇ ਦੇ ਨਾਲ ਤੋਰੀ ਜਾਵੇ, ਇੱਕ ਜਿਹੜੇ ਪਹਿਲੂ ਨੇ ਉਹ ਸਾਰਿਆਂ ਦੇ ਸਮਝਣ ਦੀ ਅਤੇ ਉਹਨਾਂ ਨੂੰ ਫਿਰ ਅਮਲ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਇੱਦਾਂ ਨਾ ਹੋਵੇ ਵੀ ਇੱਕ ਪਾਸੇ ਡੰਡਾ ਲੈ ਕੇ ਖੜ ਗਏ ਅਤੇ ਲਓ ਜੀ ਅਸੀਂ ਕਹਿ ਦਿੱਤਾ ਤਾਂ ਕਹਿ ਦਿੱਤਾ। ਇਸ ਗੱਲ ਦਾ ਸਾਨੂੰ ਥੋੜ੍ਹਾ ਜਿਹਾ ਆਪਾਂ ਨੂੰ ਸੋਚਣਾ ਸਮਝਣਾ ਪੈਣਾ ਵੀ ਜਿਹੜੇ ਹੱਕ ਅਸੀਂ ਕਿਸੇ ਸਮੇਂ 'ਚ ਆਪਣੇ ਲਈ ਸੋਚਦੇ ਸੀ, ਜੇ ਅੱਜ ਕਿਸੇ ਨਵੇਂ ਆਇਆਂ ਨੂੰ ਉਹਨਾਂ ਦੀ ਲੋੜ ਹੈ ਤਾਂ ਅਸੀਂ ਉੱਥੇ ਸਿਰ ਜੋੜ ਕੇ ਗੱਲ ਜ਼ਰੂਰ ਸੁਣੀਏ ਅਤੇ ਕਰੀਏ ਅਤੇ ਅੱਗੇ ਪਹੁੰਚਦੀ ਕਰੀਏ। ਬਿਲਕੁਲ ਬਿਲਕੁਲ ਬਿਲਕੁਲ, ਮਤਲਬ ਕੋਈ ਲੀਗਲ ਵੇ ਲੱਭਣਾ ਚਾਹੀਦਾ, ਨਾ ਕੋਈ ਪ੍ਰੋਟੈਸਟ ਕਰਨੇ ਚਾਹੀਦੇ, ਆਪਾਂ ਲੀਗਲ ਵੇ ਦੇ ਨਾਲ ਹੀ ਚੱਲਣਾ ਪਏਗਾ ਆਪਾਂ। ਇਹ ਗੁੱਡ ਸੁਜੈਸ਼ਨ, ਠੀਕ ਹੈ ਜੀ, ਬਹੁਤ ਮਿਹਰਬਾਨੀ ਬ੍ਰਦਰ, ਥੈਂਕ ਯੂ। ਦੇਖੋ ਮੈਂ ਅਸੀਂ ਇਹੀ ਚਾਹੁੰਦੇ ਵੀ ਅਸੀਂ ਇੱਥੇ ਕੋਈ ਕਾਲਜ ਜਿਹੜੀਆਂ ਟਾਕ ਸ਼ੋਅ ਕਰਕੇ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਆਪਾਂ ਕਹੀਏ ਵੀ ਲਓ ਜੀ ਅਸੀਂ ਆ ਫਲਾਣੇ ਦੇ ਹੱਕ 'ਚ ਆ ਫਲਾਣੇ ਦੇ ਵਿਰੋਧ 'ਚ ਆ। ਅਸੀਂ ਦੇਖ ਰਹੇ ਹਾਂ ਵੀ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਉਹਦੇ ਮੁਤਾਬਕ ਸਾਡਾ ਮੀਡੀਆ ਦਾ, ਸਾਡੀਆਂ ਧਾਰਮਿਕ ਸੰਸਥਾਵਾਂ ਦਾ, ਸਾਡੇ ਬੁੱਧੀਜੀਵੀ ਲੋਕ ਨੇ, ਸਾਡੇ ਸਿਆਸਤਦਾਨ ਨੇ, ਸਾਡੇ ਜਿਹੜੇ ਥਿੰਕ ਟੈਂਕਸ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕਈ ਵਾਰੀ ਵੈਸੇ ਬਲ ਸਾਹਿਬ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਕਿ ਸਾਡੀ ਇਹ ਬਦਕਿਸਮਤੀ ਹੈ ਕਿ ਸਾਡੇ ਕੋਲ ਓਨੀ ਵੱਡੀ ਗਿਣਤੀ ਦੇ ਵਿੱਚ ਲੋਕ ਨਹੀਂ ਹੈ
ਜਿਹਨਾਂ ਨੂੰ ਅਸੀਂ ਕਹਿ ਸਕੀਏ ਕਿ ਲਓ ਜੀ ਆਹ ਸਾਡੀ ਨੁਮਾਇੰਦਗੀ ਕਰ ਸਕਦੇ ਆ, ਚਾਹੇ ਉਹ ਸਮਾਜਿਕ ਤੌਰ 'ਤੇ ਆ ਅਤੇ ਚਾਹੇ ਉਹ ਧਾਰਮਿਕ ਤੌਰ ਦੇ ਉੱਤੇ ਆ, ਅਸੀਂ ਆਪ ਹੀ ਬਹੁਤ ਵੰਡੀਆਂ ਪਾਈਆਂ ਹੋਈਆਂ ਨੇ। ਸੋ ਕਈ ਵਾਰੀ ਅਸੀਂ ਇਸ ਗੱਲ ਤੋਂ ਵੀ ਪਿੱਛੇ ਰਹਿ ਜਾਈਦਾ ਕਿ ਸਾਨੂੰ ਕੋਈ ਇਹੋ ਜਿਹੇ ਚਿਹਰੇ ਜਾਂ ਸੰਸਥਾਵਾਂ ਘੱਟ ਲੱਭਦੀਆਂ ਜਿਹੜੇ ਗੱਲ ਕਰ ਸਕਣ। ਸੋ ਖੈਰ ਅਗਲੀ ਕਾਲ ਚੱਲਦੇ ਹਾਂ ਜੀ। ਰਾਜਵਿੰਦਰ ਜੀ ਨੇ ਫਿਰ ਉਸ ਤੋਂ ਬਾਅਦ 4441 ਅਤੇ ਦਿਨ ਅਗਲੀਆਂ ਕਾਲਜ ਨਾਲ ਔਨ ਏਅਰ ਕਰਾਂਗੇ। ਹਾਂਜੀ ਰਾਜਵਿੰਦਰ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਭਾਅ ਜੀ ਮੈਂ ਜ਼ਿਆਦਾ ਕੁਛ ਨਹੀਂ, ਮੈਂ ਇਹੀ ਕਹਿਣਾ ਲਾਈਕ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆਪਣੇ ਸਟੂਡੈਂਟ ਜਿੰਨੇ ਵੀ ਹੈਗੇ ਸਾਰੇ, ਹੈ ਨਾ, ਦੇ ਆਰ ਲਾਈਕ ਹਾਰਡ ਵਰਕਿੰਗ ਗੁੱਡ ਆ ਸਾਰੇ, ਪਰ ਜਿਹੜੇ ਕੁਛ ਹੈਗੇ ਆ, ਹੈ ਨਾ, ਜਿਨ੍ਹਾਂ ਦਾ ਕਰਕੇ ਮੈਨੂੰ ਲੱਗਦਾ ਕਿ ਮਾਹੌਲ ਜਿਹੜਾ ਪਹਿਲਾਂ ਨਾਲੋਂ ਕੈਨੇਡਾ ਦਾ ਉਹ ਖਰਾਬ ਹੋਇਆ, ਹੈ ਨਾ, ਸੋ ਉਹਨਾਂ ਲਈ ਵੀ ਕੋਈ ਰੂਲਸ ਹੋਣੇ ਚਾਹੀਦੇ ਇੱਥੇ, ਉਹਨਾਂ ਲਈ ਲਾਈਕ ਫੋਰਸ ਆਈ ਥਿੰਕ ਸਖ਼ਤ ਕੋਈ, ਹੈ ਨਾ, ਬਣਨੇ ਚਾਹੀਦੇ ਰੂਲਸ ਜਿਹੜੇ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ, ਕਿ ਜਿਹੜੇ ਚੰਗੇ ਨੇ ਉਹ ਦੇ ਡੈਫੀਨੇਟਲੀ ਡਿਜ਼ਰਵ ਕਿ ਉਹ ਇੰਨਾ ਹਾਰਡ ਵਰਕ ਕਰ ਰਹੇ ਆ, ਉਹਨਾਂ ਨੂੰ, ਹੈ ਨਾ, ਲਾਈਕ ਓਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ, ਹੈ ਨਾ। ਹਾਂਜੀ, ਪਰ ਜਿਹੜੇ ਗਲਤ ਨੇ ਉਹਨਾਂ ਲਈ ਕੀ ਕਰ ਰਹੇ ਨੇ ਲੋਕ, ਉਹਨਾਂ ਲਈ ਕੁਛ ਨਹੀਂ ਕਰ ਰਹੇ। ਆਈ ਥਿੰਕ ਇਹ 4-5 ਸਾਲ ਹੋ ਗਏ ਸੇਮ ਉੱਦਾਂ ਹੀ ਕੰਟੀਨਿਊ ਚੱਲ ਰਿਹਾ ਜੋ ਚੱਲ ਰਿਹਾ, ਹੈ ਨਾ, ਤੇ ਕੋਈ ਰੂਲ ਨਹੀਂ ਬਣ ਰਿਹਾ, ਕੋਈ ਸਖਤੀ ਨਹੀਂ ਹੋ ਰਹੀ ਉਹਨਾਂ ਲਈ। ਮੈਨੂੰ ਨਹੀਂ ਲੱਗਦਾ ਕਿ ਕੁਛ ਚੇਂਜ ਹੋਇਆ ਹੈ ਨਾ ਮਾਹੌਲ ਪਹਿਲਾਂ ਨਾਲੋਂ। ਅਸੀਂ ਮੈਂ ਲਾਈਕ ਮੈਨੂੰ ਆਲਮੋਸਟ 15-16 ਈਅਰ ਹੋ ਗਿਆ ਇੱਥੇ ਆਇਆ, ਜੋ ਮੈਂ ਚੇਂਜ ਦੇਖਦੀ ਹਾਂ ਉਦੋਂ ਤੋਂ ਬਾਅਦ, ਹੈ ਨਾ, ਅਸੀਂ ਰਾਤ ਨੂੰ ਹੁਣ ਕਿਤੇ ਤੁਸੀਂ ਇਕੱਲੇ ਜਾ ਨਹੀਂ ਸਕਦੇ, ਤੇ ਉਹ ਵੀ ਆਪਣੀ ਕਮਿਊਨਿਟੀ ਦੇ ਲੋਕ ਹੀ ਆ ਜਿਹੜੇ ਤੁਹਾਨੂੰ ਇੱਦਾਂ ਦੇਖਦੇ, ਯੂ ਫੀਲ ਇੰਬੈਰਸ ਕਿ ਹਾਂ ਕਿੱਦਾਂ ਦੇਖ ਰਹੇ, ਹੈ ਨਾ, ਕੁੜੀਆਂ ਵੱਲ ਸਪੈਸ਼ਲੀ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ, ਉਹ ਆਪਣੇ ਪਲਾਜ਼ਾ ਦੀ ਜਿਹੜਾ ਹੈਗਾ ਸ਼ੈਰਡਨ ਪਲਾਜ਼ਾ ਹੈਗਾ, ਤੁਸੀਂ ਉੱਥੇ ਆਪਣੇ ਕਿਸੇ ਬੱਚੇ ਨੂੰ ਕੁੜੀ ਨੂੰ ਲੈ ਕੇ ਨਾਲ ਨਹੀਂ ਜਾ ਸਕਦੇ ਰਾਤ ਨੂੰ, ਹੈ ਨਾ। ਪਹਿਲਾਂ ਤੁਸੀਂ ਬੇਫਿਕਰ ਜਾਂਦੇ ਹੁੰਦੇ ਸੀ ਜਿੱਥੇ ਮਰਜ਼ੀ ਕੈਨੇਡਾ ਦੇ ਵਿੱਚ, ਪਰ ਨਾਓ ਡੇਜ਼ ਤੁਸੀਂ ਲਾਈਕ ਬਾਹਰ ਜਾਣਾ ਰਾਤ ਨੂੰ ਪਸੰਦ ਵੀ ਨਹੀਂ ਕਰਦੇ ਕਿ ਹਾਂ ਅਸੀਂ ਕਿਤੇ ਜਾਈਏ, ਹੈ ਨਾ। ਇਹ ਨਹੀਂ ਕੋਈ ਹੋਰ ਕਮਿਊਨਿਟੀ ਦੇ ਪਿੱਛੇ ਤੁਹਾਨੂੰ ਲੱਗਦਾ ਵੀ ਹਾਂ ਯੂ ਫੀਲ ਅਨਕੰਫਰਟੇਬਲ ਆਪਣੇ ਲੋਕਾਂ ਤੋਂ, ਨਾਲੇ ਜਦੋਂ ਦੀਵਾਲੀਆਂ ਤੇ ਇੰਨੇ ਪਟਾਕੇ ਆ ਸਾਰਾ ਕੁਛ ਜੋ ਇੰਨਾ ਨੋਇਸ ਪੋਲਿਊਸ਼ਨ ਹੁੰਦਾ ਸਾਰਾ ਕੁਛ, ਉਦੋਂ ਆਪਣੇ ਲੋਕ ਕਿਉਂ ਨੀ ਗੱਲ ਕਰਦੇ ਕਿ ਹਾਂ ਇਹਨਾਂ ਬੱਚਿਆਂ ਨੂੰ ਸਮਝਾਇਆ ਜਾਵੇ, ਹੈ ਨਾ। ਉਦੋਂ ਵੀ ਇਹ ਗੱਲਾਂ ਡਿਸਕਸ਼ਨ ਹੋਣੀਆਂ ਚਾਹੀਦੀਆਂ ਕਿ ਹਾਂ ਇਹਨਾਂ ਨੂੰ ਰੋਕਣਾ ਚਾਹੀਦਾ ਜਿਹੜੇ ਗਲਤ ਕੰਮ ਹੋ ਰਿਹਾ ਹੈ ਨਾ। ਹਾਂ, ਜਦੋਂ ਸਪੋਰਟ ਉਹਨਾਂ ਨੂੰ ਚਾਹੀਦੀ ਆ ਉੱਥੇ ਡੈਫੀਨੇਟਲੀ ਜਿਹੜੇ ਡਿਜ਼ਰਵ ਕਰਦੇ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ, ਪਰ ਜਿਹੜੇ ਗਲਤ ਨੇ ਉਹਨਾਂ ਨੂੰ ਵੀ ਰੋਕਣਾ ਚਾਹੀਦਾ। ਇਹ ਨਹੀਂ ਕਿ ਉਹਨਾਂ ਨੂੰ ਜੋ ਕਰਦੇ ਕਰਨ ਦਿਓ, ਹੈ ਨਾ, ਉਹ ਵੀ ਗਲਤ ਹੈਗਾ ਆ। ਠੀਕ ਹੈ ਜੀ, ਬਹੁਤ ਮਿਹਰਬਾਨੀ ਭੈਣ ਜੀ, ਥੈਂਕ ਯੂ। ਬਸ ਸਾਹਿਬ ਇਹ ਗੱਲ ਪੱਕੀ ਹੈ ਕਿ ਸਮੱਸਿਆ ਤਾਂ ਹੈ, ਚਾਹੇ ਆਪਾਂ ਕਈ ਵਾਰੀ ਕਹਿ ਦਿੰਦਾ ਵੀ ਚਲੋ 2 ਨਹੀਂ ਤਾਂ 5% ਜਾਂ ਜਿਵੇਂ ਤੁਸੀਂ ਕਹਿੰਦੇ ਸਮੱਸਿਆ ਹੈਗੀ ਜੀ ਬਹੁਤ। ਔਰ ਦੂਜੀ ਗੱਲ ਆਪਾਂ ਇੱਕ ਗੱਲ ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਜਾਂ ਇਹਨਾਂ ਦੀ ਗੱਲ ਨੂੰ ਵੀ ਤੁਸੀਂ ਕਮੈਂਟ ਕਰੋ, ਤੁਹਾਨੂੰ ਨਹੀਂ ਲੱਗਦਾ ਵੀ ਵਿਲ ਪਾਵਰ ਦੀ ਕਮੀ ਹੈ ਸਾਡੇ ਪ੍ਰਸ਼ਾਸਨ ਦੀ? ਕਿੰਨੇ ਕੁ 10 ਪਲਾਜ਼ੇ ਹੋਣਗੇ ਇੱਦਾਂ ਦੇ ਜਿੱਥੇ ਗੰਦ ਪੈ ਰਿਹਾ? ਸਿੱਧੇ ਸ਼ਬਦਾਂ 'ਚ ਕੀ ਉਹ 10 ਪਲਾਜ਼ੇ ਮਾਰਕ ਕਰਕੇ ਉਹਨਾਂ ਦੇ ਉੱਤੇ ਰੈਗੂਲਰ ਬੇਸਿਸ ਦੇ ਉੱਪਰ ਕੋਈ ਇਸ ਤਰੀਕੇ ਦੇ ਸਟੈਪਸ ਨਹੀਂ ਲੈ ਜਾ ਸਕਦੇ ਕਿ ਜਾਂ ਇੰਨੀ ਮਜਬੂਰ ਹੈ? ਨਹੀਂ ਨਹੀਂ ਲੈ ਸਕਦੇ ਜੀ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ, ਅੱਗੇ ਵੀ ਮੈਂ ਕੀਤੀ ਆ, ਫਿਰ ਦੁਬਾਰਾ ਆਪਾਂ ਕਰਾਂਗੇ। ਜਿਹੜਾ ਤੁਸੀਂ ਹੁਣ ਆਪਾਂ ਇਹ ਗੱਲ ਚੱਲ ਰਹੀ ਹੈ ਨਾ, ਹਾਂਜੀ, ਬੇਸ਼ੱਕ ਬਹੁਤ ਸਾਰੇ ਲੋਕ ਇਸ ਪ੍ਰੋਟੈਸਟ ਨਾਲ ਡਿਸਐਗਰੀ ਆ, ਪਰ ਉਹ ਪਤਾ ਤਾਂ ਉਹਨਾਂ ਨੂੰ ਲੱਗਦਾ ਜੀ, ਐਡਮਿਨਿਸਟ੍ਰੇਸ਼ਨ ਨੂੰ, ਪੁਲਿਸ ਨੂੰ ਪਤਾ ਲੱਗ ਗਿਆ ਵੀ ਇਹ ਗੱਲ ਹੁਣ ਕਮਿਊਨਿਟੀ 'ਚ ਆ ਗਈ ਆ। ਔਰ ਇਹ ਗੱਲ ਦੂਜੀ ਮੇਰੀ ਬੇਨਤੀ ਹੈ ਕਿ ਜਿੱਦਾਂ ਪਹਿਲੇ ਭਾਅ ਜੀ ਕਾਲਰ ਨੇ ਕਿਹਾ ਸੀ ਕਿ ਉਹਨਾਂ ਦੇ ਸਾਹਮਣੇ ਇਹ ਕੋਈ ਬੰਦਾ ਇਹੋ ਜਿਹਾ ਲੱਗਾ ਕਿ ਆਲਮੋਸਟ ਐਕਸੀਡੈਂਟ, ਆਪਣੇ ਸਾਰਿਆਂ ਨਾਲ ਰੋਜ਼ ਗੱਲਾਂ ਹੋ ਰਹੀਆਂ, ਘੱਟੋ ਘੱਟ ਜੇ ਹੋ ਸਕਦਾ ਉਹਦਾ ਨੰਬਰ ਨੋਟ ਕਰਕੇ ਕਾਲ ਦਾ ਪਲੀਸ, ਵੀ ਆਹ ਬੰਦਾ ਜਿਹੜਾ ਪੁਲਿਸ ਨੂੰ ਕਾਲ ਕਰਦੇ, ਪੁਲਿਸ ਕਹਿੰਦੇ ਵੀ ਜੇ ਤਾਂ ਕੋਈ ਐਮਰਜੈਂਸੀ ਹੈ, ਜੇ ਕੋਈ ਸੱਟ ਲੱਗੀ ਹੈ ਜਾਂ ਕੋਈ ਬੰਦੇ ਨੂੰ ਲੋੜ ਹੈ ਤਾਂ ਅਸੀਂ ਆ ਜਾਂਦੇ ਨੇ, ਸਾਡੀ ਪ੍ਰਾਇੋਰਟੀ, ਉਹਨਾਂ ਦਾ ਵੀ ਇਸ਼ੂ ਆ, ਇਹ ਗੱਲ ਪੁਲਿਸ ਨਾਲ ਕੀਤੀ ਜਾ ਸਕਦੀ ਹੈ ਜੀ। ਹਾਂਜੀ, ਪਰ ਮਤਲਬ ਮੇਰਾ ਜਿਹੜੇ ਮੈਂ ਕਹਿੰਦਾ ਜੇ 5% 2-5% ਵੀ ਹੋਵੇ ਉਹਨਾਂ ਦਾ ਜਿਹੜੀ ਖਰਾਬੀ ਹੈ, ਖਰਾਬੀ ਤਾਂ 1% ਵੀ ਨਹੀਂ ਹੋਣੀ ਚਾਹੀਦੀ, ਪਰ ਉਹ ਪਰ ਬਾਕੀ ਦੇ ਜਿਹੜੇ 95% ਹੈ ਜੇ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਤਾਂ ਉਹ ਵੀ ਠੀਕ ਨੇ। ਹਾਂਜੀ ਹਾਂਜੀ, ਸੋ ਨੈਕਸਟ ਕਾਲਰ ਦੇਖਦੇ ਹਾਂ ਜੀ, ਸਾਡੇ 4241 ਨੰਬਰ, ਕੀ ਨਾਮ ਹੈ ਜੀ ਤੁਹਾਡਾ?
ਮੇਰਾ ਨਾਮ ਗੁਰਮੁਖ ਸਿੰਘ ਹੈ, ਸਤਿ ਸ੍ਰੀ ਅਕਾਲ ਤੁਹਾਨੂੰ ਗੁਰਮੁਖ ਜੀ। ਬਹੁਤ ਸੋਹਣਾ ਮਤਲਬ ਟੋਪਿਕ ਹੈਗਾ। ਮੈਂ ਕਹੂੰਗਾ ਕਿ ਅਸੀਂ ਵੀ ਜਿੱਦਾਂ ਇੱਥੇ ਸਿਟੀਜ਼ਨ ਜਾਂ ਪੀਅਰ ਹੈਗੇ ਹਾਂ, ਅਸੀਂ ਵੀ ਇਹਨਾਂ ਨੂੰ ਪ੍ਰਵੋਕ ਕਰਦੇ ਹੈਗੇ ਹਾਂ ਇਹਨਾਂ ਬੱਚਿਆਂ ਨੂੰ। ਕੱਲ੍ਹ ਇੱਕ ਮੈਂ ਰੇਡੀਓ ਸ਼ੋ ਇਸੇ ਹੀ ਫ੍ਰੀਕੁਐਂਸੀ 'ਤੇ ਸੀ, ਉਹ ਇੱਕ ਭਾਜੀ ਮੇਰੀ ਇੱਕ ਬੇਨਤੀ ਹੋਣੀ ਜੀ, ਆਪਾਂ ਕੋਈ ਨਾ ਕਿਸੇ ਹੋਰ ਪ੍ਰੋਗਰਾਮ ਦੀ ਨਾ ਨਹੀਂ ਲੈਂਦਾ ਜੀ, ਮੇਰਾ ਖਿਆਲ ਆਪਾਂ ਰੈਫਰੈਂਸ ਵੀ ਨਾ ਦਈਏ, ਪਤਾ ਲੱਗ ਹੀ ਜਾਂਦਾ ਜੀ, ਆਪਾਂ ਆਪਣੀ ਗੱਲ ਤੇ ਰੱਖ ਲੈਂਦੇ ਜੀ। ਉਹ ਬੰਦਾ ਖੁਦ ਇਹ ਕਹਿ ਰਿਹਾ ਸੀ ਮੇਰੇ ਨਾਲ ਰਲੋ, ਇੱਥੇ ਦਾ ਸਿਟੀਜ਼ਨ ਜਿਹੜਾ ਜੋ ਵੀ ਸੀਗਾ, ਕਿ ਆਪਾਂ ਕਹਿੰਦਾ ਰਸਤੇ ਰੋਕੀਏ, ਕੱਲ ਲੇਟ ਨਾ ਹੋ ਜਾਈਏ, ਅੱਜ ਕਰੀਏ, ਕੱਲ ਦੀ ਵੇਟ ਨਾ ਕਰੋ। ਉਹ ਏਦਾਂ ਇਹਨਾਂ ਨੂੰ ਸਟਿਮੂਲੇਟ ਕਰ ਰਿਹਾ ਸੀ, ਇਹ ਸਹੀ ਗੱਲ ਕਰ ਰਿਹਾ ਸੀ। ਥੈਂਕ ਯੂ ਜੀ। ਠੀਕ ਹੈ ਸਰ, ਮਿਹਰਬਾਨੀ ਜੀ। ਬਲ ਸਾਹਿਬ, ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਜਿਹੜੀ, ਚਲੋ ਆਪਾਂ ਉਹੀ ਆ ਵੀ ਇੱਕੋ ਤਰ੍ਹਾਂ ਦੇ ਵਿਚਾਰ ਤਾਂ ਸਾਰਿਆਂ ਦੇ ਹੋਣੇ ਨਹੀਂ ਆ, ਦੋਨੋਂ ਐਕਸਟ੍ਰੀਮ ਬੈਡ ਹੈ ਜੀ। ਹਾਂਜੀ, ਸਟੂਡੈਂਟ ਦਾ ਜਿਹੜਾ ਪੱਖ ਆ ਉਹ ਵੀ ਬੈਡ ਆ। ਹਾਂਜੀ, ਜੇ ਕੋਈ ਐਡਾ ਕੋਈ ਐਡੀ ਵੱਡੀ ਗੱਲ ਸਟਰੋਂਗ ਕਰ ਰਿਹਾ, ਉਹ ਤਾਂ ਕਾਨੂੰਨ ਤੌਰ 'ਤੇ ਵੀ ਨਹੀਂ ਆਪਾਂ ਕਰ ਸਕਦੇ। ਹਾਂਜੀ, ਵੀ ਤੁਸੀਂ ਬਾਹਰ ਜਾ ਕੇ ਕੋਈ ਕਨਫਰੰਟਰੇਸ਼ਨ ਹੋਵੇ, ਉਹ ਨਹੀਂ ਕਰਨੀ ਚਾਹੀਦੀ। ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਜੀ, ਨਾ ਕਿ ਇੱਕ ਦੂਜੇ ਦੇ ਆਪਾਂ ਖਿਲਾਫ਼ ਪੁਰਾਣੇ ਨਵੇਂ ਸਿਟੀਜ਼ਨ ਪੀ ਆਰ ਰਿਫਿਊਜੀ ਕਰਕੇ ਵਿਜ਼ਟਰਸ ਕਰਕੇ। ਹਾਂਜੀ, ਦਿਸ ਲੈਂਡ ਇਜ਼ ਅ ਬਿਗ ਇਨਫ, ਦਿਸ ਇਜ਼ ਇਨਫ ਰੂਮ ਫਾਰ ਐਵਰੀਬਾਡੀ। ਹਾਂਜੀ, ਪਰ ਪੰਗਾ ਜਾਂ ਪ੍ਰੋਬਲਮ ਬਲ ਸਾਹਿਬ ਇੱਕ ਇਹ ਹੈ, ਆਪਾਂ ਅਕਸਰ ਅੱਗੇ ਵੀ ਕਈ ਵਾਰੀ ਆਫ ਦੀ ਏਅਰ ਵੀ ਡਿਸਕਸ ਕਰਦੇ ਹੁੰਦੇ ਹਾਂ ਕਿ ਗਰੂਮਿੰਗ ਜਿਹੜੀ ਤਿਆਰੀ ਹੈ ਪਿੱਛੋਂ, ਜਿਹੜੇ ਲੋਕ ਜਿਸ ਤਰੀਕੇ ਦੇ ਨਾਲ ਉਹ ਪਲੱਸ ਟੂ ਤੋਂ ਬਾਅਦ ਆ ਗਏ ਨੇ, ਉਹਨਾਂ ਦਾ ਐਕਸਪੋਜ਼ਰ ਜਿਹੜਾ ਲਿਮਿਟਡ ਸੀ, ਉਹਨਾਂ ਦੇ ਕੋਲ ਇੱਦਾਂ ਦੀ ਕੋਈ ਤਿਆਰੀ ਨਹੀਂ ਸੀ, ਇੱਦਾਂ ਦਾ ਕੋਈ ਕਦੀ ਵਾਹ ਨਹੀਂ ਪਿਆ ਸੀ, ਤਾਂ ਹੁਣ ਇੱਕਦਮ ਜਦੋਂ ਵਾਗਾਂ ਖੁੱਲ੍ਹ ਗਈਆਂ ਤਾਂ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਸਾਡੇ 'ਤੇ ਤਾਂ ਕੋਈ ਰੋਕ ਟੋਕ ਨਹੀਂ ਹੈ, ਤਾਂ ਉਹ ਜਿਹੜੀ ਹੋਸ਼ਾਪਨ ਹੈ ਜਿਹੜਾ ਉਹ ਫੁਕਰਬਾਜ਼ੀ ਹੈ। ਗੱਲ ਸਾਹਿਬ, ਪਾਰਟ ਆਫ ਸੋਲੂਸ਼ਨ ਇਜ਼ ਦੈਟ, ਕਿ ਮੈਂ ਬਾਰ ਬਾਰ ਇਹ ਕਹਿੰਦਾ ਕਿ ਇਹ ਜਿਹੜਾ ਹੈਗਾ ਨਾ ਜੀ ਪਲੱਸ ਟੂ ਕਰਕੇ ਆਉਣਾ ਬੱਚਿਆਂ ਦਾ, ਇਹ ਗਵਰਨਮੈਂਟ ਨੂੰ ਬੰਦ ਕਰ ਅਪੀਲ ਕਰਾਂਗੇ ਕਿ ਇਹਨੂੰ ਬੰਦ ਕਰੋ। ਹਾਂਜੀ, ਘੱਟੋ ਘੱਟ ਉੱਥੇ ਡਿਗਰੀ ਕਰਕੇ ਆਉਣ, ਬੱਚੇ ਦੀ ਉਮਰ 24-25 ਸਾਲ ਹੋ ਜਾਵੇ, ਔਰ ਸਕਿੱਲ ਜਿਹੜੀ ਲੇਬਰ ਆ, ਕੋਈ ਆਪਣਾ ਪਲੰਬਰ ਹੋਵੇ, ਕੋਈ ਇੰਜੀਨੀਅਰ ਹੋਵੇ, ਬੰਦੇ ਨੂੰ ਕੰਮ ਆਉਂਦਾ ਉਹ ਕਦੀ ਉਹਦਾ ਧਿਆਨ ਹੀ ਨਹੀਂ ਜਾਂਦਾ ਪਿੱਛੇ ਕੰਮ ਕਰ ਹੋਵੇ। ਹਾਂਜੀ, ਉਹ ਲੈ ਕੇ ਆਉਣ, ਤਾਂ ਫਿਰ ਆਫ ਜੋਬਸ ਵੀ ਹੈਗੀਆਂ ਇੱਥੇ। ਹਾਂਜੀ ਹਾਂਜੀ, ਪਰ ਇੱਕ ਚੀਜ਼ ਇਹ ਵੀ ਆ ਦੋਸਤੋ, ਸਾਨੂੰ ਇਸ ਗੱਲ ਨੂੰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੰਨਣਾ ਪੈਣਾ ਕਿ ਆਪਾਂ ਇਹ ਸਾਰੀ ਤਲਵਾਰ ਜਿਹੜੀ ਆ ਨਵੇਂ ਜਿਹੜੇ ਆਏ ਹੋਏ ਮੁੰਡੇ ਕੁੜੀਆਂ 'ਤੇ ਹੀ ਨਾ ਲਟਕਾ ਦਈਏ। ਹਾਂਜੀ, ਸਾਡੇ ਇੱਥੋਂ ਦੇ ਜੰਮੇ ਪਲੇ ਬੱਚੇ ਵੀ ਬਹੁਤ ਕਰਦੇ ਆ, ਬਹੁਤ ਪੁੱਠੇ ਕੰਮ ਕਰਦੇ ਆ, ਹੋ ਸਕਦਾ ਉਹ ਕਈ ਵਾਰੀ ਹੁਣ ਸਾਨੂੰ ਸਾਰੇ ਇੱਕੋ ਰੰਗ ਅਸੀਂ ਉਹਨਾਂ ਦੇ ਉੱਤੇ ਪਾ ਦਈਦਾ। ਜਿਹੜੀਆਂ ਕਾਰਾਂ ਦੀ ਆਪਾਂ ਗੱਲ ਕਰਦੇ ਆ, ਆਪਾਂ ਨੂੰ ਕੀ ਪਤਾ ਵੀ ਉਹ ਇੰਟਰਨੈਸ਼ਨਲ, ਸੋ ਉਹਦੇ ਵਿੱਚ ਰਲੇ ਮਿਲੇ ਸਾਰੇ ਹੀ ਨੇ। ਸੋ ਅਗਲੇ ਕਾਲਰ, ਸਾਡੀਆਂ ਸਾਰੀਆਂ ਲਾਈਨਸ ਬਿਜ਼ੀ ਨੇ, ਵੈਸੇ ਮੇਰੇ ਕੁਝ ਸਪੌਂਸਰਸ ਵੀ ਮੈਂ ਬਿਹਾਈਂਡ ਆ, ਪਰ ਆਪਾਂ ਕੋਸ਼ਿਸ਼ ਕਰਦੇ ਹੁਣ ਜਿਹੜੀਆਂ ਲਾਸਟ 6 ਲਾਈਨਸ ਨੇ ਇਹੀ ਕਵਰ ਕਰਕੇ ਫਿਰ ਬਲ ਸਾਹਿਬ ਦੇ ਨਾਲ ਆਪਾਂ ਇਜਾਜ਼ਤ ਲਵਾਂਗੇ। ਬਿਕਰਮਜੀਤ ਜੀ ਨੇ ਫਿਰ ਉਸ ਤੋਂ ਬਾਅਦ 13:33, ਦੈਨ ਫਿਰ 73-67, 78-51, 0-823 ਅਤੇ 66-47। ਸੋ ਮੇਰੀ ਬੇਨਤੀ ਹੈ ਜੀ, ਬਸ ਇਹੀ 6 ਕਾਲਰਸ ਆਪਾਂ ਹੁਣ ਔਨ ਏਅਰ ਕਰਾਂਗੇ ਇਸ ਗੱਲਬਾਤ ਦੇ ਵਿੱਚ, ਅਤੇ ਫਿਰ ਆਪਾਂ ਸਮਾਪਤ ਕਰਦੇ ਹਾਂ ਇਸ ਗੱਲਬਾਤ ਨੂੰ। ਬਿਕਰਮਜੀਤ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਬਲ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਬਲ ਸਾਹਿਬ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਨੂੰ ਪਤਾ ਕਿੰਨਾ ਹੈਗਾ ਛੱਡ ਕੇ ਆਏ ਹੋ ਅਤੇ ਇਹਦੇ ਉੱਤੇ। ਅਤੇ ਬਲ ਸਾਹਿਬ, ਮੈਂ ਬੇਨਤੀ ਕਰਨੀ ਤੁਹਾਨੂੰ ਵੀ ਜਿੱਦਾਂ ਆਪਾਂ ਕਹਿੰਦੇ ਨਾ 5%, 5% ਦੀ ਉਹ ਤੋਂ ਪਰਸੈਂਟੇਜ ਹੈਗੀ ਥੋੜ੍ਹੀ ਜ਼ਿਆਦਾ, ਕਿਉਂਕਿ ਜਿੰਨੇ ਕਾਲਾਂ ਆ ਰਹੀਆਂ ਜੀ ਆਪਣੇ ਸਰੋਤਿਆਂ ਦੀਆਂ, ਤੁਸੀਂ ਉਹਦੀ ਪਰਸੈਂਟੇਜ ਕੱਢ ਲਓ ਵੀ ਕਿੰਨੇ ਕੁ ਲੋਕ ਇਹਨਾਂ ਚੀਜ਼ਾਂ ਤੋਂ ਤੰਗ ਨੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੰਗ ਨਾ ਆਓ ਤੁਸੀਂ, ਮਤਲਬ ਕਿ ਇਹਨੂੰ ਨਾ ਆਪਣੇ ਥੋੜ੍ਹਾ ਰੋਸ਼ਨ ਦਿਮਾਗ ਦੇ ਨਾਲ ਇਹਨਾਂ ਨੂੰ ਜਿਹੜੇ ਗੁੱਡ ਐਂਡ ਬੈਡ ਹੈਗੇ, ਇਹਨਾਂ ਨੂੰ ਥੋੜ੍ਹਾ ਸੈਪਰੇਟ ਕਰ ਲਓ, ਠੀਕ ਆ। ਕਿਉਂਕਿ ਜਿਹੜੇ ਬੰਦੇ ਜਿੱਥੇ ਵੀ ਕਿਤੇ ਕਰਦੇ ਹੈਗੇ ਕੁਛ ਵੀ ਕਰਦੇ, ਪੁਲਿਸ ਕੁਛ ਨਹੀਂ ਕਰ ਰਹੀ, ਮੈਂ ਦੇਖਿਆ ਹੁਣ, ਕਿਉਂਕਿ ਹੁਣੇ ਰੀਸੈਂਟਲੀ ਘਟਨਾ ਕਿ ਸੁੱਚਾ ਸੂਰਮਾ ਮੂਵੀ ਦੇਖ ਰਹੇ ਸੀਗੇ, ਆਪਣੇ ਕੋਲ ਕਪਲ ਸੀਗਾ, ਅਤੇ ਉਹ ਉਹਨਾਂ ਨੇ ਬਹੁਤ ਜ਼ਿਆਦਾ ਵੀ ਹੱਦ, ਮਤਲਬ ਕਿ ਏਅਰ 'ਤੇ ਆਪਾਂ ਕਹਿ ਨਹੀਂ ਸਕਦੇ, ਹੂਟਿੰਗ ਕੀਤੀ ਉਹਨਾਂ ਨੇ ਬਹੁਤ ਭੈੜੇ ਤਰੀਕੇ ਨਾਲ। ਫਿਰ ਉੱਠ ਕੇ ਮੁੰਡਾ ਕਿਹਾ ਕਿ ਭਾਈ ਨਾ ਕਰੋ, ਇੱਦਾਂ ਬੇਨਤੀ ਕੀਤੀ। ਫਿਰ ਉਹ ਉੱਠਣ ਲੱਗੇ, ਉਹਨਾਂ ਦੇ ਹਸਬੈਂਡ ਵਾਈਫ ਦੇ ਸੀਟ ਦੇ ਪਿੱਛੇ ਲੱਤਾਂ ਮਾਰੀਆਂ ਉਹਨਾਂ ਨੇ, ਠੀਕ ਆ। ਉਹ ਬੰਦਾ ਥੋੜ੍ਹਾ ਅਣਖੀ ਸੀਗਾ, ਔਰ ਮੈਂ ਐਪਰੀਸ਼ੀਏਟ ਕਰਦਾ ਜੋ ਉਹਨੇ ਐਕਸ਼ਨ ਲਿਆ। ਉਹਨੇ ਫਿਰ ਆਪਣੇ ਦੋ ਕੁ ਬੰਦੇ ਹੋਰ ਨਾਲ ਬੁਲਾ ਕੇ, ਇਹ 5 ਸੀਗੇ,
ਇਹਨਾਂ ਦੇ ਫਿਰ ਇੰਜਣ ਉਹਨਾਂ ਨੇ ਮੁਰੰਮਤ ਕੀਤੀ। ਮਤਲਬ ਕਿ ਇਹਨਾਂ ਨੂੰ ਜੇ ਤੁਸੀਂ ਹੁਣ ਕਹੋ ਕਿ ਤੁਸੀਂ ਪਿਆਰ ਨਾਲ ਸਮਝਾ ਲਵੋ, ਇਹ ਪਿਆਰ ਨਾਲ ਸਮਝਣ ਵਾਲੇ ਇੱਦਾਂ ਦੇ ਨਹੀਂ ਹੈਗੇ, ਪਰ ਫਿਰ ਮੈਂ ਉਹੀ ਕਹਿੰਦਾ ਕਿ ਸਾਰੇ ਨਹੀਂ ਹੈਗੇ ਇੱਦਾਂ ਦੇ। ਅਸੀਂ ਬਹੁਤ ਬੱਚਿਆਂ ਨੂੰ ਜਾਣਦੇ ਹਾਂ ਅਤੇ ਜਿਹੜੇ ਦਿਨ ਭਰ ਰਾਤ ਮਤਲਬ ਕਿ ਕਹਿ ਲਓ ਵੀ ਇੱਕ ਇੱਕ ਰੋਟੀ ਖਾ ਕੇ ਵੀ ਗੁਜ਼ਾਰਾ ਕਰ ਰਹੇ ਨੇ, ਪਰ ਇਸ ਗੱਲ ਨੂੰ ਡਿਟਰਮੈਂਟ ਹੈਗੇ ਨੇ ਅਸੀਂ ਪੁੱਠੇ ਰਸਤੇ 'ਤੇ ਨਹੀਂ ਜਾਣਾ ਹੈਗਾ। ਪਰ ਦੂਜੇ ਪਾਸੇ ਨਾਲ ਮੈਂ ਗੱਲ ਕਰਦਾ ਵੀ ਜਿਹੜੀ ਖੀਰਲੀ ਤੁਸੀਂ ਗੱਲ ਕੀਤੀ ਆ ਉਹ ਗੱਲ ਬਾਕੀ ਸਿਰੇ ਦੀ ਕੀਤੀ ਹੈ ਵੀ ਪਲੱਸ ਟੂ ਜਿਹੜਾ ਕਰਕੇ ਆ ਜਾਣਾ ਇਸ ਏਜ 'ਚੋਂ ਅਸੀਂ ਵੀ ਲੰਘੇ ਹਾਂ, ਉਦੋਂ ਕੋਈ ਸਮਝ ਨਹੀਂ ਹੁੰਦੀ ਬੰਦੇ ਨੂੰ, ਬੰਦਾ ਤੂਫਾਨ ਹੁੰਦਾ ਮੇਲ ਬਣਿਆ ਹੁੰਦਾ ਉਦੋਂ, ਉਹ ਗੁਰਦਾਸ ਮਾਨ ਦੇ ਕਹਿਣੇ ਵਾਂਗੂ ਵੀ ਕਿੰਨੇ ਪੈਰਾਂ ਵਿੱਚ ਰਕਾਬ ਨਹੀਂ ਅਤੇ ਉਹ ਘੋੜੇ ਦੀ ਸਵਾਰੀ ਕਰਦਾ ਫਿਰਦਾ, ਜਵਾਨੀ ਇੱਦਾਂ ਦੀ ਹੁੰਦੀ ਹੈ ਨਾ, ਅਤੇ ਉਹ ਬਿਨਾਂ ਲਗਾਮ ਤੋਂ ਬੰਦਾ ਜਾਂਦਾ। ਇਹ ਚੀਜ਼ ਹੁੰਦੀ ਹੈ ਵੀ ਜੇਕਰ ਇਹ ਕਿਤੇ ਥੋੜ੍ਹੇ ਜਿਹੇ ਮੈਚਿਓਰ ਹੋ ਕੇ ਆਉਣਗੇ ਅਤੇ ਉਸ ਨੂੰ ਅਸੀਂ ਜਾਣਦੇ ਜਿਹੜੇ ਮਾਸਟਰ ਕਰਕੇ ਆਏ ਨੇ ਉਹ ਬੱਚੇ ਬਹੁਤ ਵਧੀਆ ਸਿੱਧੀ ਲਾਈਨ 'ਤੇ ਰਹੇ ਹੈਗੇ ਆ। ਸੋ ਇੰਨਾ ਮੈਂ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਨਾ ਰੰਗੋ, ਪਰ ਸਾਰੇ ਸਹੀ ਨਹੀਂ ਹੈਗੇ, ਪਰ ਜਿਹੜੇ ਗਲਤੀ ਕਰਦੇ ਆ, ਜਿਵੇਂ ਇੱਕ ਆਦਮੀ ਨੇ ਪਿਕਅਪ ਟਰੱਕ ਲਾ ਕੇ ਅਤੇ ਇੱਕ ਦੋ ਬੱਚਿਆਂ ਨੂੰ ਅਸੀਂ ਫੈਮਿਲੀਆਂ ਨੂੰ ਸੋਰੀ ਜਾਣ ਦਿਆ, ਉਹਨਾਂ ਨੇ ਲੜਕੀਆਂ ਵਿਚਾਰੀਆਂ ਮਤਲਬ ਕਿ ਇੱਥੋਂ ਦੇ ਜਿਹੜੇ ਜੰਮੇ ਬੱਚੀਆਂ ਹੈਗੀਆਂ ਨੇ ਨਾ, ਉਹ ਜਿਹਨਾਂ ਨੂੰ ਤੁਸੀਂ ਕਿਤੇ ਵੀ ਕੋਈ ਉਹਨੂੰ ਰੋਕ ਕੇ ਕਹਿ ਲਓ ਵੀ ਵੀ ਪੁੱਤਰਾ ਵੀ ਕਿੱਦਾਂ ਵੀ ਗੁੱਡ ਮੋਰਨਿੰਗ, ਤੇ ਵੀ ਡਰੈਸ ਤੇਰੀ ਵਧੀਆ, ਮੌਸਮ ਵਧੀਆ, ਉਹਨੇ ਤਾਂ ਹੱਸ ਕੇ ਜਵਾਬ ਦੇਣਾ ਕਹਿ ਲਓ ਹਾਂ ਇਹ ਠੀਕ ਹੈ ਅੰਕਲ ਜਾਂ ਵੀਰ ਬ੍ਰਦਰ ਜੋ ਵੀ ਕਹਿ ਕੇ ਤੁਹਾਨੂੰ ਚਲੀ ਜਾਏਗਾ ਅੱਗੇ। ਪਰ ਇਹ ਪਿਓ ਦਿਆਂ ਪੁੱਤਾਂ ਨੇ ਜੇ ਕਿਤੇ ਇਹਨਾਂ ਨੂੰ ਇੱਦਾਂ ਇਹਨਾਂ ਨੇ ਕਹਿਣਾ ਅਤੇ ਜੋ ਜਵਾਬ ਇੱਦਾਂ ਦਾ ਸਮਾਈਲਿੰਗ ਜਵਾਬ ਮਿਲਣਾ ਤਾਂ ਇਹਨਾਂ ਨੇ ਉਹਦਾ ਮਤਲਬ ਕੁਛ ਹੋਰ ਕੱਢ ਲੈਣਾ। ਅਤੇ ਉਹ ਉਹਨਾਂ ਨੇ ਫਿਰ ਪਿਕਅਪ ਟਰੱਕ ਲਾ ਕੇ ਅੱਗੇ ਅਤੇ ਮਾਲਟਨ ਦੇ ਵਿੱਚ ਸੀਗਾ, ਉਹਨਾਂ ਦੀ ਵੀ ਸਰਵਿਸ ਕੀਤੀ ਸੀ ਚੰਗੀ ਟਿਕਾ ਕੇ, ਮਤਲਬ ਕਿ ਉਹ ਲੜਕੀ ਵਿਚਾਰੀ ਆਪਣਾ ਬੈਗ ਛੱਡ ਕੇ ਨਾ ਪਲੱਸ ਟੂ 'ਚ ਪੜ੍ਹਦੀ ਸੀ, ਉਹ ਕਹਿੰਦੀ ਵੀ ਮੈਂ ਸਕੂਲ ਹੀ ਨਹੀਂ ਜਾਣਾ, ਠੀਕ ਹੈ ਨਾ। ਫਿਰ ਬੰਦੇ ਦੀ ਅਣਖ ਜਾਗਦੀ ਹੈ, ਬੰਦਾ ਕਹਿੰਦਾ ਵੀ ਚੱਲ ਵੀ ਲੈਟਸ ਗੋ, ਵੀ ਇਹ ਦੇਖੀਏ ਵੀ ਹੈ ਕੀ। ਉਹ ਫਿਰ ਤਿੰਨ ਚਾਰ ਜਣੇ ਸੀਗੇ ਘੇਰ ਕੇ, ਉਹਨਾਂ ਦੀ ਫਿਰ ਵੀਡੀਓ ਵੀ ਉਹਨਾਂ ਨੇ ਵਾਇਰਲ ਕੀਤੀ ਸਾਰਾ ਕੁਛ। ਉਵੇਂ ਦਾ ਮੈਂ ਕਹਿੰਦਾ ਵੀ ਚਲੋ ਵਾਇਲੈਂਸ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ, ਪਰ ਜਿਹੜਾ ਬੰਦਾ ਇੱਦਾਂ ਦਾ ਕਰਦਾ ਉਹਦੀ ਇੱਦਾਂ ਦੀ ਇੰਜਣ ਦੀ ਸਰਵਿਸ ਕਰੋ ਜ਼ਰੂਰ, ਉਹਨੂੰ ਢੁੱਕਵਾਂ ਜਵਾਬ ਜ਼ਰੂਰ ਦਿਓ। ਬਿਕਰਮ ਭਾਈ ਸੌਰੀ, ਮੈਂ ਨਾ ਆਪਾਂ ਪਤਾ ਕਿ ਜੀ ਔਨ 에ਅਰ ਨਾ ਆਪਾਂ ਇਸ ਤਰ੍ਹਾਂ ਦੀ ਕੋਈ ਚੀਜ਼ ਐਨਕਰੇਜ ਨਹੀਂ ਕਰਨਾ ਚਾਹੁੰਦੇ। ਹਾਂਜੀ ਆਪਾਂ ਗੱਲ ਹੈਗਾ ਆਪਾਂ ਨਾ ਐਨਕਰੇਜ ਕਰੀਏ, ਇਦਾਂ ਪ੍ਰੋਵੋਕ ਹੀ ਕਰਦੇ ਜੀ ਫਿਰ ਇੱਕ ਦੂਜੇ ਨੂੰ ਅਸੀਂ। ਨਹੀਂ ਪ੍ਰੋਵੋਕ ਨਹੀਂ ਅਸੀਂ ਕਰ ਰਹੇ, ਪਰ ਜਿਹੜਾ ਬੰਦਾ ਗਲਤ ਹੈਗਾ ਵੀਰ ਉਹਨਾਂ ਨੂੰ ਤੁਸੀਂ ਇਹ ਜੇ ਤੁਸੀਂ ਕਹੋ ਨਾ ਵੀ ਉਹਨਾਂ ਨੂੰ ਤੁਸੀਂ ਹੱਥ ਜੋੜ ਕੇ ਜਿਹੜਾ ਤੁਹਾਡੇ ਬੱਚਿਆਂ ਨੂੰ ਤੰਗ ਕਰ ਰਿਹਾ ਜਾਂ ਕੁਛ ਹੈਗਾ, ਮੈਂ ਨਾਲ ਦੇ ਨਾਲ ਇਹ ਵੀ ਕਹੀ ਜਾ ਰਿਹਾ ਵੀ ਸਾਰੇ ਨਹੀਂ ਹੈਗੇ ਇੱਦਾਂ ਦੇ। ਹਾਂਜੀ ਪਰ ਦੇਖੋ ਇਹਦਾ ਸੋਲੂਸ਼ਨ ਜਿਹੜਾ ਤੁਸੀਂ ਨਾ ਜੀ ਜਿਹੜਾ ਸੁਜੈਸਟ ਕਰ ਰਹੇ ਹੋ ਉਹ ਬਿਲਕੁਲ ਵੀ ਰਿਕਮੈਂਡੇਸ਼ਨ ਨਹੀਂ ਹੈ ਉਹਦੀ, ਉਹਦੀ ਕੋਈ ਐਡਵੋਕੇਸੀ ਨਹੀਂ ਕਰ ਰਹੇ ਅਸੀਂ ਆਪਾਂ ਇਸ ਚੀਜ਼ ਦੀ। ਸੋ ਇਸ ਚੀਜ਼ ਨੂੰ ਆਪਾਂ ਰੱਖੀਏ ਕਰੋ, ਮੈਂ ਤੁਹਾਨੂੰ ਆਪਣੇ ਵਿਚਾਰ ਦੇ ਰਿਹਾ। ਹਾਂਜੀ ਹਾਂਜੀ ਠੀਕ ਹੈ ਜੀ, ਸਾਰਿਆਂ ਨੂੰ ਇੱਕੋ ਪਾਸੇ ਰਸੇ 'ਚ ਨਾ ਬੰਨੋ, ਪਰ ਸਾਰੇ ਇੱਦਾਂ ਦੇ ਨਹੀਂ ਹੈਗੇ, ਕੁਛ ਹੈ ਨਹੀਂ ਉਹਨਾਂ। ਠੀਕ ਹੈ ਬ੍ਰਦਰ, ਮਿਹਰਬਾਨੀ ਬ੍ਰਦਰ, ਥੈਂਕ ਯੂ ਜੀ। ਜੀ ਬਾਲ ਸਾਹਿਬ ਕੀ ਕਹੋਗੇ? ਤੁਸੀਂ ਆਪ ਹੀ ਸੁਣ ਰਹੇ ਹੋ ਵੀ ਲੋਕੀ ਵੀ ਫਰਸਟ੍ਰੇਟਡ ਨੇ, ਲੋਕਾਂ ਦੀ ਫਰਸਟ੍ਰੇਸ਼ਨ ਹੈਗੀ ਹੈ ਜੀ। ਉਹ ਤਾਂ ਵਾਰ-ਵਾਰ ਤੇ ਆਪਾਂ ਦੇਖੋ ਆਪ ਹੀ ਉਹਨਾਂ ਨੇ ਗੱਲ ਮੰਨ ਲਈ, ਆਪਾਂ ਵੀ ਸਾਰੇ ਐਗਰੀ ਆ ਵੀ ਜੇ ਉੱਥੇ ਘੱਟੋ ਘੱਟ ਇੱਕ ਡਿਗਰੀ ਕਰਕੇ ਆ ਜਾਣ ਤਾਂ ਉਦੋਂ 21-22 ਸਾਲ 23 ਸਾਲ ਉਮਰ ਦੀ ਹੋ ਜਾਏਗੀ। ਇੱਕ ਜੇ ਕੋਈ ਸਕਿੱਲ ਲੈ ਕੇ ਆਉਣ ਤਾਂ ਇੱਥੇ ਤਾਂ ਬਹੁਤ ਕੈਨੇਡਾ ਨੂੰ ਲੋੜ ਹੈ ਜੀ, ਇੱਥੇ ਹਮੇਸ਼ਾ ਹੀ ਲੋੜ ਰਹੀ ਆ। ਇੱਥੇ ਏਅਰ ਕੰਡੀਸ਼ਨ ਆ, ਹੀਟਿੰਗ ਦਾ ਆ, ਜੇ ਪਲੰਬਿੰਗ ਦਾ ਹੈਗਾ ਆ, ਇਲੈਕਟ੍ਰੀਸ਼ਨ ਆ, ਸੋ ਮੈਨੀ ਅਦਰ ਲੇਥ ਓਪਰੇਟਰਸ ਆ, ਤੇ ਉੱਥੇ 3-4 ਸਾਲ ਦਾ ਫਿਰ ਸਾਰਿਆਂ ਦੀ ਜਾਨ ਸੌਖੀ ਹੋ ਜਾਏਗੀ, ਨਾਲੇ ਉਹਨਾਂ ਦਾ ਉਮਰ ਦਾ ਤਜਰਬਾ ਹੋ ਜਾਏਗਾ, ਸਿਆਣੇ ਹੋ ਜਾਣਗੇ ਥੋੜੇ ਜਿਹਾ। ਠੀਕ ਹੈ ਜੀ, ਨੈਕਸਟ ਕਾਲਰ ਸਾਡੇ 1333 ਨੰਬਰ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਸਤਨਾਮ ਸਿੰਘ ਹੈ ਜੀ ਸਤਨਾਮ ਜੀ। ਹਾਂਜੀ ਭਾਜੀ, ਭਾਜੀ ਮੈਂ ਤਾਂ ਤੁਹਾਨੂੰ ਦੱਸ ਦਵਾਂ ਵੀ ਗੱਲਾਂ ਬਹੁਤ ਦੂਰ ਨਿਕਲ ਚੁੱਕੀਆਂ ਆ, ਗੱਲਾਂ ਕਰਨ ਦਾ ਫਾਇਦਾ ਵੀ ਕੋਈ ਨੀ ਹੋਣਾ, ਆਪਾਂ ਮੱਥਾ ਮਾਰ ਲਈਏ ਜਿੰਨਾ ਮਰਜ਼ੀ। ਇਸ ਤਰ੍ਹਾਂ ਤਾਂ ਹੈ ਤੁਹਾਨੂੰ ਗਵਰਨਮੈਂਟ ਦੀਆਂ ਗਲਤੀਆਂ ਸੀਗੀਆਂ, ਉਹਨਾਂ ਨੇ ਕੋਈ ਸਟ੍ਰਿਕਟ ਲਾ ਕੀਤੇ ਨਹੀਂ ਹੈਗੇ, ਸੋ ਉਹ ਉਹਨਾਂ ਨੂੰ ਰਿਜ਼ਲਟ ਹੁਣ ਸਾਹਮਣੇ ਆ ਜਾਣੇ ਆ। ਬੰਦੇ ਵਗੈਰਾ ਬੂਰ ਆਉਂਦਾ ਉਹਦੇ ਰਹਿਣ ਦਿੰਦੇ ਆ, ਉਹ ਫਿਗਰ ਓਵਰ ਦੇ ਡੇ ਰੋਂਗ, ਤੇ ਇਹੀ ਹੋਣਾ ਹੁਣ, ਇਹਦਾ ਕੋਈ ਹੱਲ ਨਹੀਂ ਹੋਣਾ ਭਾਜੀ। ਜੋ ਮਰਜ਼ੀ ਜਿੰਨਾ ਮਰਜ਼ੀ ਜ਼ੋਰ ਲਾ ਕੇ ਦੇਖ ਲਓ, ਜਿਹੜੀ ਕੈਨੇਡੀਅਨ ਸਭ ਤੋਂ ਵੱਡੀ ਜਿਹੜੀ ਗੱਲ ਹੋਈ ਆ ਨਾ, ਵੈਲਿਊਜ਼ ਜਿਹੜੀ ਕੈਨੇਡੀਅਨ ਵੈਲਿਊਜ਼ ਆ ਉਹ ਜਿਹੜੀਆਂ ਹਰਟ ਹੋਈਆਂ। ਇਹ ਸਿਰਫ ਦੇਖੋ ਇੱਕ ਕਮਿਊਨਿਟੀ ਜਿਹੜੀ, ਉਹਨਾਂ ਦੀ ਆਪਣੀ ਕਮਿਊਨਿਟੀ ਨੂੰ ਪਤਾ ਲੱਗ ਗਿਆ ਵੀ ਸਾਡੀ ਜਿਹੜੀ ਕੈਨੇਡੀਅਨ ਵੈਲਿਊਜ਼ ਖਤਮ ਹੋਈਆਂ। ਤੁਸੀਂ ਅੰਦਾਜ਼ਾ ਲਾਓ ਜਿਹੜੇ ਗੋਰੇ ਕੀ ਕਰਦੇ ਆ, ਯੂ ਨੋ ਵਟ ਐਕਸਟ੍ਰੀਮ ਦੇ ਆਰ ਰੈਡੀ ਟੂ ਗੋ ਫੋਰ, ਯੂ ਵਿਲ ਨਾਟ ਈਵਨ ਇਮੇਜਿਨ। ਕਦੀ ਗੋਰਿਆਂ ਦੀ ਵੈਬਸਾਈਟਾਂ 'ਤੇ ਜਾ ਕੇ ਚੈੱਕ ਕਰਕੇ ਦੇਖੋ ਹਾਊ ਫਾਰ ਦੇ ਆਰ ਰੈਡੀ ਟੂ ਗੋ ਫੋਰ। ਸੋ ਇਸ ਕਰਕੇ ਇਹ ਤਾਂ ਹੁਣ ਗੱਲ ਬਹੁਤ ਦੂਰ ਨਿਕਲ ਗਈ ਹੈ, ਪਰ ਯਾਰ ਇਸ ਤਰ੍ਹਾਂ ਤਾਂ ਹੈਪਨ। ਗਵਰਨਮੈਂਟ ਦੀਆਂ ਪਹਿਲਾਂ ਗਲਤੀਆਂ, ਲਿਬਰਲ ਗਵਰਨਮੈਂਟ ਦੀਆਂ ਸਭ ਤੋਂ ਜ਼ਿਆਦਾ ਗਲਤੀਆਂ ਕੀਤੀਆਂ ਇਹਨਾਂ ਨੇ।
unnecessarily, like they didn't thought of anything. They did everything, whatever ਤੁਸੀਂ ਬੰਦੇ ਲਈ ਉਹਦਾ ਉਹਦਾ ਇੰਨੇ ਬਿਲੀਅਨ ਡਾਲਰ ਆ ਰਿਹਾ ਜੀ. ਯੂ ਨੋ ਵਟ ਭਾਈ ਸਾਹਿਬ, ਕਨੇਡਾ ਹੈ ਨਾ, ਇਹ ਵਾਜ਼ ਸਰਵਾਈਵਿੰਗ ਬਿਫੋਰ ਸਟੂਡੈਂਟਸ ਵਰ ਕਮਿੰਗ. ਤੁਸੀਂ ਇਹ ਨਾ ਸੋਚੋ ਕਿ ਜਿਹੜੀ ਉੱਥੇ ਦੀ ਬਿਲੀਅਨ ਡਾਲਰ ਦੇ ਨਾਲ ਉਹਦੇ ਨਾਲ ਜਿਹੜੀ ਅਫਰੀਕਾ ਦੀ ਦੱਸਦੇ ਨਾ ਵੀ ਜਿਹੜੀ ਹੈਗੀ ਆ ਬਲ ਸਾਹਿਬ, ਉਹ ਤੁਸੀਂ ਰਹਿਣ ਦਿਓ ਕਨੇਡਾ ਜਿਹੜਾ G7 ਕੰਟਰੀ ਚ ਆਉਂਦਾ ਕਹਿੰਦਾ, ਜੇ ਤੁਸੀਂ ਕਹੋ ਨਾ ਕਨੇਡਾ ਸਿਰਫ ਸਟੂਡੈਂਟਸ ਦੇ ਸਿਰ ਤੇ ਸਰਵਾਈਵ ਹੁਣ ਕਰ ਲੱਗਾ, ਯੂ ਨੋ ਵਟ ਫੋਰਗੇਟ ਅਬਾਊਟ ਇਟ, ਇਟਸ ਨਾਟ ਅ ਕੇਸ. ਕੈਨੇਡਾ ਕੈਨ ਸਰਵਾਈਵ ਬਿਫੋਰ, ਪਹਿਲਾਂ ਵੀ ਸਰਵਾਈਵ ਕਰ ਰਿਹਾ ਸੀ, ਹੁਣ ਵੀ ਸਰਵਾਈਵ ਕਰ ਰਿਹਾ. ਲੋਕ ਤਾਂ ਕਹਿੰਦੇ ਜੀ ਇਹਨਾਂ ਮੌਰਗੇਜ ਇਹਨਾਂ ਨੂੰ ਦੇ ਰਿਹਾ, ਕਮਾਉਂਦਾ. ਚਲੋ ਆਪਾਂ ਸਾਰਾ ਤਾਂ ਨਹੀਂ ਇਸ ਤਰ੍ਹਾਂ ਕਹਿ ਸਕਦੇ ਵੀ ਉਹਨਾਂ ਦੇ ਸਿਰ ਦੇ ਉੱਤੇ ਹੀ ਹੈ, ਪਰ ਵੈਸੇ ਚਲੋ ਇੱਕ ਕੰਟਰੀਬਿਊਸ਼ਨ ਦੇ ਰੂਪ ਦੇ ਵਿੱਚ ਤਾਂ ਬਲ ਸਾਹਿਬ ਨੇ ਜ਼ਿਕਰ ਕੀਤਾ ਵੀ ਕੰਟਰੀਬਿਊਸ਼ਨ. ਨਹੀਂ, ਮੇਰੀ ਬੇਨਤੀ ਹੈ ਜੀ ਵੀ ਇਹਨਾਂ ਨੇ ਅਲਾਓ ਕੀਤਾ ਨਾ, ਇਹਨਾਂ ਨੇ ਇਹ ਜਿਹੜਾ ਨਾ ਇਹ ਪ੍ਰੋਫਿਟ ਬਹੁਤ ਵੱਡਾ ਇਹਨਾਂ ਦੇ ਕੋਲੋਂ ਲਿਆ ਹੈਗਾ ਤੇ ਸਰਕਾਰ ਨੇ ਅਲਾਓ ਕੀਤਾ, ਫਿਰ ਉਹ ਵੀਜ਼ਾ ਲੈ ਕੇ ਆਏ ਨੇ ਨਾ. ਆਪਾਂ ਕੈਨੇਡਾ ਤੇ ਸਰਵਾਈਵ ਪਹਿਲਾਂ ਵੀ ਕਰਦਾ ਸੀ, ਕੈਨੇਡਾ ਹੁਣ ਵੀ ਸਰਵਾਈਵ ਕਰੇਗਾ ਇਹਨਾਂ ਤੋਂ ਬਗੈਰ ਵੀ ਕਰੇਗਾ ਇਹਨਾਂ ਦਾ. ਪਰ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਅੱਧ ਵਿਚਾਲੇ ਰਹਿ ਗਈ ਕਿ ਕਿਸੇ ਕੰਟਰੀ ਨੂੰ ਸਰਵਾਈਵ ਕਰਨ ਵਾਸਤੇ 2.1 ਉਹਦੇ ਜਿਹੜੀ ਆ ਪਾਪੂਲੇਸ਼ਨ ਦਾ ਵਾਧਾ ਹੋਣਾ ਚਾਹੀਦਾ ਹੈਗਾ, ਆਪਣੀ 1.3 ਆ ਔਰ ਦੂਸਰੇ ਮੁਲਕਾਂ ਦੀ ਇਹ ਤੋਂ ਜ਼ਿਆਦਾ ਹੈਗਾ. ਜੇ ਤੁਸੀਂ ਬਾਹਰ ਇੱਕ ਸਭ ਤੋਂ ਜ਼ਿਆਦਾ ਅਫਗਾਨਿਸਤਾਨ ਦੀ ਹੈ, ਇੱਕ ਔਰਤ ਪਿੱਛੇ 8 ਬੱਚੇ ਉਹ ਜਨਮਦੇ ਨੇ, ਔਰ ਸਾਡਾ ਉਹ ਜਿਹੜਾ ਗੈਪ ਜਿਹੜਾ 0.70 ਆ ਉਹਨੂੰ ਫਿੱਲ ਕਰਨ ਵਾਸਤੇ ਇਹਨਾਂ ਨੂੰ ਇਮੀਗ੍ਰੇਸ਼ਨ ਲੈਣੀ ਪੈਣੀ ਆ ਜੀ, ਮਾਈਗ੍ਰੇਸ਼ਨ ਕਰਨੀ ਪੈਣੀ ਆ. ਜਦੋਂ ਸਾਡਾ ਚਾਰਟਰ ਆਫ ਰਾਈਟਸ ਬਣਿਆ ਨਾ 1980s ਦੇ ਵਿੱਚ, ਵੱਡੇ ਟਰੂਡੋ ਸਾਹਿਬ ਨੇ ਮਲਟੀਕਲਚਰ ਕਮੇਟੀ ਬਣੀ ਅਤੇ ਉਹਨਾਂ ਨੇ ਇਹ ਕਿਹਾ ਸੀ ਕਿ 1% ਆਫ ਦਾ ਪਾਪੂਲੇਸ਼ਨ ਜਿਹੜੀ ਆ ਸਾਨੂੰ ਬਾਹਰੋਂ ਲੈਣੀ ਪਏਗੀ ਸਰਵਾਈਵ ਕਰਨ ਨੂੰ. ਅਤੇ ਹੁਣ ਜਾਂਦਾ ਆ ਪ੍ਰੋਗਰਾਮ ਆਇਆ ਉਹ ਸਾਡੀ ਉਹ ਡਬਲ ਹੋ ਗਈ ਆ ਜੀ, ਅਸੀਂ ਹੁਣ 5-6 ਲੱਖ ਬੰਦਾ ਲੈਣ ਲੱਗ ਪਏ ਹਾਂ. ਸੋ ਸਰਕਾਰ ਨੂੰ ਪਤਾ ਸਾਨੂੰ ਜਿਹੜੀ ਸਾਡੀ ਪਾਪੂਲੇਸ਼ਨ ਮੇਰੀ ਉਮਰ ਦੇ ਲੋਕ ਨੇ ਜਿਹੜੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਜੰਮੇ ਨੇ, ਜਿਹੜੇ ਬੇਬੀ ਬੂਮਰਸ ਜਿਹੜੀ ਆ ਆਊਟਗੋਇੰਗ ਜਨਰੇਸ਼ਨ ਆ, ਉਹ ਡਾਇੰਗ ਜਨਰੇਸ਼ਨ ਅਗਲੇ 10 ਸਾਲ ਦੇ ਵਿੱਚ ਸਾਰੇ ਡਿਸਪੀਅਰ ਹੋ ਜਾਣਗੇ. ਹੁਣ ਉਹ ਮੋਸਟਲੀ ਪੈਨਸ਼ਨਸ 'ਤੇ ਨੇ, ਇਹ ਰਿਐਲਿਟੀਜ਼ ਨੇ ਜਿਹੜੇ ਨਾ ਫਿਗਰਸ ਐਂਡ ਫੈਕਟਸ ਮੈਂ ਗੱਲ ਕਰਦਾ ਹਾਂ. ਬਸ ਸਾਹਿਬ ਕਿਤੇ ਆਪਣੀ ਗੱਲਬਾਤ ਦਾ ਇੰਪ੍ਰੈਸ਼ਨ ਆਪਾਂ ਸਤਨਾਮ ਹੋਣਾ ਦੀ ਗੱਲ ਕੱਟਣ ਤੋਂ ਪਹਿਲਾਂ, ਅਤੇ ਇਹ ਤਾਂ ਨਹੀਂ ਜਾ ਰਿਹਾ ਕਿ ਅਸੀਂ ਇੱਕਦਮ ਧਿਰ ਬਣ ਕੇ ਖੜ ਗਏ ਹਾਂ ਕਿ ਭਾਈ ਵੀ ਇਹਨਾਂ ਦੇ ਖਿਲਾਫ਼ ਬੋਲਣਾ ਹੀ ਬੰਦ ਕਰ ਦਈਏ, ਇਹ ਇੰਪ੍ਰੈਸ਼ਨ ਆਪਾਂ ਦੇਣਾ ਚਾਹੁੰਦੇ ਹਾਂ? ਨਹੀਂ, ਕਿਹਨਾਂ ਦੇ ਖਿਲਾਫ਼? ਵੀ ਬੱਚਿਆਂ ਦੇ ਖਿਲਾਫ਼ ਅਸੀਂ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ. ਨਹੀਂ, ਮੈਂ ਵੀ ਕਈ ਵਾਰੀ ਵਿਕਟਿਮ ਹੋਇਆ ਇਹਨਾਂ ਗੱਲਾਂ ਦਾ. ਮੈਂ ਦੇਖਦਾ ਜੀ ਆਹ ਜਿਹੜੀਆਂ ਗੱਲਾਂ ਮੂਵੀ ਦੀਆਂ, ਇਹ ਉੱਥੇ ਐਕਸਪੀਰੀਅੰਸ ਕਰਕੇ ਦੇਖਿਆ, ਟ੍ਰੈਫਿਕ ਜਿਹੜੀਆਂ ਗੱਲਾਂ ਮੈਂ ਦੇਖੀਆਂ, ਲੋਕ ਸਟੋਰੀਆਂ ਬੇਸਮੈਂਟਾਂ ਦੀਆਂ ਭੰਨ ਤੋੜ ਕਰਦੇ ਨੇ, ਜੋ ਖਪਖਾਨਾ ਕਰਦੇ ਨੇ. ਮੈਂ ਡਿਸਐਗਰੀ ਨਹੀਂ ਹੈ, ਲੋਕਾਂ ਦੀ ਫਰਜ਼ ਜਿਹੜੇ ਅਪਸੈਟ ਨੇ ਉਹ ਬਿਲਕੁਲ ਠੀਕ ਨੇ, ਉਹ ਬਿਲਕੁਲ ਠੀਕ ਨੇ. ਪਰ ਆਪਾਂ ਇੱਕ ਪੱਖ ਰੱਖ ਰਹੇ ਹਾਂ ਵੀ ਅਸੀਂ ਬਿਲਕੁਲ ਵੀ ਮੂਲੋਂ ਨਾ ਨਕਾਰ ਦਈਏ. ਪਰ ਮੈਂ ਕਹਿੰਦਾ ਵੀ ਇਹ ਵੀ ਨਾ ਨਕਾਰ ਦਈਏ ਕਿ ਜੇ ਉਹ ਸਿਸਟਮ ਦੇ ਅਧੀਨ ਜਿਹੜੇ 4 ਸਾਲ ਉਹਨਾਂ ਨੇ ਇੱਥੇ ਲਾਏ ਨੇ, ਅਤੇ ਹੁਣ ਇਹ ਕਹਿੰਦੇ ਵੀ ਅਗਲੇ ਸਾਲ ਅਸੀਂ ਹੋਰ ਲੈਣੇ ਆ 500,000, ਅਤੇ ਜਿਹੜੇ ਪਿਛਲੇ ਆ ਉਹਨਾਂ ਨੂੰ ਜਾਓ ਵਾਪਸ ਜਾਓ ਅਤੇ ਨਵੇਂ ਲੈਣੇ ਆ. ਨਵਿਆਂ ਦੇ ਉੱਤੇ ਕੀ ਪੈਮਾਨਾ ਸਾਡਾ ਵੀ ਉਹ ਉਹਨਾਂ ਦੇ ਵੀ? ਹਾਂ, ਇਸ ਕਰਕੇ ਫੇਅਰ ਨਹੀਂ ਨਾ ਇਹ ਗੱਲ. ਹਾਂਜੀ ਸਰਾਮ ਜੀ, ਆਪਣੀ ਗੱਲ ਸਮਾਪਤ ਕਰ ਦਿਓ ਪਲੀਜ਼. ਹਾਂਜੀ ਹਾਂਜੀ, ਜਿਹੜੇ ਨਵੇਂ ਲਿਆਉਣੇ ਨਾ ਉਹਨਾਂ ਨੇ, ਫਿਰ ਹੁਣ ਤੁਸੀਂ ਕਹਿ ਰਹੇ ਹਾਂ ਵੀ ਉਹਨਾਂ ਨੂੰ ਪੜ੍ਹੇ ਲਿਖੇ ਲਿਆਵਾਂਗੇ, ਉਹ ਚਾਹੁਣਗੇ, ਹੁਣ ਉਹ ਚੀਜ਼ ਨਹੀਂ ਆਉਣੀ ਜਿਹੜੀ ਨੇ ਫਿਲਟਰਡ ਹੋ ਜਾਏਗਾ. ਹਾਂਜੀ, ਦੂਜੀ ਗੱਲ ਇਹ ਆ ਜਿਹੜੀ ਫਰਸਟ੍ਰੇਸ਼ਨ, ਹੁਣ ਤੁਸੀਂ ਕਿੰਨੀਆਂ ਕਾਲਾਂ ਲਈਆਂ? ਯੂ ਥਿੰਕ ਤੁਹਾਨੂੰ ਇੱਕ ਵੀ ਕਾਲ ਆਈ ਆ? ਸੋ ਯੂ ਕੈਨ ਇਮੇਜਿਨ ਵੇਅਰ ਦਾ ਥਿੰਗਸ ਆਰ ਗੋਇੰਗ. ਹੈ ਨਾ, ਮੇਨ ਚੀਜ਼ ਜਿਹੜੀ ਆ, ਦੇਖੋ ਜੀ, ਕੈਨੇਡੀਅਨ ਵੈਲਿਊਜ਼ ਜਿਹੜੀਆਂ ਖਤਮ ਕੀਤੀਆਂ ਨਾ, ਅਸੀਂ ਵੀ ਆਇਆ ਸੀ, ਅਸੀਂ ਮੈਂ 35-40 ਸਾਲ ਪਹਿਲਾਂ ਆਇਆ ਸੀ, ਲਾਈਕ ਅਸੀਂ ਤਾਂ ਇਹ ਕੰਮ ਕੀਤਾ ਨਹੀਂ ਹੈ. ਸੋ ਅਸੀਂ ਆ ਕੇ ਕੈਨੇਡਾ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਆਪਾਂ ਇਹਨਾਂ ਦੇ ਜਿੱਦਾਂ ਇਹਨਾਂ ਦਾ ਕਸਟਮ ਸੀ ਉਹਨਾਂ ਚੱਲਣ ਦੀ ਕੋਸ਼ਿਸ਼ ਕੀਤੀ ਆ. ਇਹ ਇਹਨਾਂ ਨੇ ਤਾਂ ਆਪਣਾ ਹਿਸਾਬ ਲਾ ਲਿਆ ਸਾਰੇ, ਹੁਣ ਤੁਸੀਂ ਇੱਥੇ ਇਹ ਹੋ ਗਿਆ ਅਸੀਂ ਡੋਰ ਫੜਦੇ ਹਾਂ ਕਿਸੇ ਲਈ, ਯੈਸ ਵੈਲਕਮ, ਇਹ ਕਹਿੰਦਾ ਡੋਰ ਫੜ ਮੈਂ ਨਿਕਲਾਂ. ਲਾਈਕ ਦਿਸ ਇਜ਼ ਨੋਟ ਕੈਨੇਡਾ.
ਇਸ ਨਾਲ ਕੈਨੇਡੀਅਨ ਵੈਲਿਊਜ਼ ਨੂੰ ਜਿਹੜੀ ਹਰਟ ਹੋਈ ਹੈ ਨਾ, ਦੈਟਸ ਦ ਮੇਨ ਥਿੰਗ। ਔਰ ਇਹ ਫਰਸਟ੍ਰੇਸ਼ਨ ਬੋਰਿਆਂ ਤੋਂ ਬਾਅਦ ਤੁਸੀਂ ਅੰਦਾਜ਼ਾ ਲਓ ਆਪਣੇ ਬੰਦਿਆਂ 'ਚ ਵੀ ਆ ਗਈ ਆ, ਸੋ ਦੇ ਨੋ ਦੈਟ ਵਾਟਸ ਗੋਇੰਗ ਔਨ। ਸੋ ਇਟਸ ਗੋਨ ਵੇ ਫਾਰ ਬਿਹਾਈਂਡ, ਬਹੁਤ ਦੂਰ ਚਲੇ ਚੁੱਕਿਆ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਜੀ ਮੀਡੀਆ ਗਰੁੱਪ।